ਪੱਲਾ ਜੀ ਔਰ ਸ਼ਰਮਾ ਜੀ ਔਰ ਹਰਜੀਤ ਸਰ ਨੇ ਮੇਰੀ ਬਾਹ ਫੜੀ ਤੇ ਮੈਨੂੰ ਛਣਕਾਟੇਵਾਲ ਲੈ ਗਏ ਹਨਾ ਮੈਂ ਕਮੇਡੀਅਨ ਐਸ ਕਮੇਡੀਅਨ ਲੋਕਾਂ ਦੇ ਰੂਬਰੂ ਹੋ ਗਈ ਜਦ ਕਿ ਮੈਨੂੰ ਕਮੇਡੀ ਦਾ ਉਸ ਟਾਈਮ ਕੁਝ ਵੀ ਨਹੀਂ ਸੀ ਪਤਾ ਕੀ ਪ੍ਰੋਮਿਸਡ ਮੀ ਐਨੀ ਡੇ ਐਨੀ ਟਾਈਮ ਪੈਨੀ Song ਜਿਹੜਾ ਗਾਣੇ ਤੇ ਤੁਸੀਂ ਹੱਥ ਰੱਖੋਗੇ ਮਤਲਬ ਮੈਂ ਮੈਨੂੰ ਇੰਨਾ ਅੱਛਾ ਲੱਗਿਆ ਮੈਨੂੰ ਐਸਟਰਾ ਲੱਗਿਆ ਕਿ ਬਤੌਰ ਆਰਟਿਸਟ ਉਹਨੇ ਮੈਨੂੰ ਇੰਨੀ ਇੱਜ਼ਤ ਦਿੱਤੀ ਹੈ ਕਿ ਤੁਸੀਂ ਪੁਰਾਣੇ ਆਰਟਿਸਟੋਂ ਮੈਂ ਤੁਹਾਡੇ ਨਾਲ ਪੈਸ ਕਰ ਨਹੀਂ ਸਕਦਾ ਐਂਡ ਆਲ ਕਰਕੇ ਹਨਾ ਅਜਾ ਜਿਹੜੀ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਆਬਜੈਕਸ਼ਨਸ ਹੁੰਦੀਆਂ ਸੀ ਉਹ ਕਹਿੰਦੇ ਤੁਸੀਂ ਲਾ ਅੱਗੇ ਕੰਮ ਫੜਿਆ ਉਹ ਕਦੀ ਉਹਨੂੰ ਮਿਸ ਪੰਜਾਬ ਬੰਦ ਸਟੇਜ ਤੇ ਛਡਾ ਦਿੰਦੀ ਹੈ ਕਦੀ ਮਿਸ ਪੰਜਾਬ ਦੇ ਸਟੇਜ ਚਲੋ ਜਦੋਂ ਮੈਂ ਟਾਈਟਲ ਲੈ ਕੇ ਆ ਜਾਂਦੀ ਸੀ ਫਿਰ ਚੁੱਪ ਕਰ ਜਾਂਦੇ ਸੀ ਹਨਾ ਫਿਰ ਮੇਰੇ ਫਾਦਰ ਨੇ ਕਿਹਾ ਕਿ ਪਹਿਲਾਂ ਸਕ੍ਰਿਪਟ ਮੈਂ ਪੜ੍ਹਾਂਗਾ ਅੱਛਾ ਕਿ ਕੋਈ ਅਸਟ੍ਰੋਨਮੀ ਗੱਲਬਾਤ ਨਾ ਹੋਵੇ ਚਲੋ ਉਹਨਾਂ ਨੇ ਅਪਰੂਵ ਕੀਤਾ ਛਣਕਾਟਾ ਆ ਗਿਆ ਪਰ ਜਦੋਂ ਫਰਸਟ ਛਣਕਾਟਾ ਸੀ ਤੇ ਉਹਨਾਂ ਨੇ ਕੀਤਾ ਉਹ ਤਾਂ ਲੋਕਾਂ ਨੇ ਹੱਥੋਂ ਹੱਤ ਚੱਕਿਆ ਇੰਨਾ ਪਿਆਰ ਦਿੱਤਾ ਮਤਲਬ ਉਸ ਤੋਂ ਬਾਅਦ ਤਾਂ ਫਿਰ ਵਾਪਸੀ ਨਹੀਂ ਰਹਿ ਜਾਂਦੀ ਨੇ ਹਾਂ ਫਿਰ ਤੁਸੀਂ ਆਡੀਅנס ਦੇ ਹੋ ਜਾ ਭਗਵੰਤ ਜੀ ਸੀਗੇ ਰਾਨਾ ਸੀਗੇ ਤੇ ਜਸਵਿੰਦਰ ਨੇ ਬਾਹਰ ਮੁਕੰਦ ਨੇ ਇਹ ਉਸ ਟਾਈਮ ਦੇ ਆਰਟਿਸਟਸ ਨਾ ਮੈਨੂੰ ਐਦਾਂ ਲੱਗਦਾ ਕਿ ਬlesed ਸੀਗੇ ਇਹਨਾਂ ਨੂੰ ਬlesing ਸੀ ਕਿਉਂਕਿ ਮੈਨੂੰ ਲੱਗਦਾ ਜਿਹੜੇ ਇਹਨਾਂ ਦੇ ਬਚਪਨ ਜਿੰਨਾ ਬਚਪਨਾ ਚੋ ਇਹ ਅਗੂ ਨਿਕਲੇ ਨੇ ਗੁਜ਼ਰੇ ਨੇ ਉਹਨਾ ਉਸ ਟਾਈਮ ਦੇ ਵਿੱਚ ਇੰਨੀ ਲਗਜ਼ਰੀ ਨਹੀਂ ਸੀ ਹੁੰਦੀ ਸਾਨੂੰ ਲਾਈਫ ਨਾਲ ਸਟਰਗਲ ਕਰਨਾ ਪੈਂਦਾ ਸੀ ਅਸੀਂ ਲਾਈਫ ਦੇ ਬਹੁਤ ਨਜ਼ਦੀਕ ਹੁੰਦੇ ਸੀ ਜਿਲੈਂਗਿਆਂ ਨ ਸੂਟਾਂ ਦੇ ਮੁਕਾਬਲੇ ਰੰਗ ਗੋਰੀਆਂ ਨੂੰ ਮਾਤ ਪਾਉਂਦੇ ਸਾਹਮਲੇ ਜੱਕੀ ਦੇ ਸਿੱਦੇ ਲੋਲ ਕਰਦੀ ਉੜੀ ਜਾਣ ਕੇ ਕਲੋਲ ਕਰਦੀ ਵਜਟਾ ਕੰਨੀਆਂ ਦੇ ਸਾੜ ਦੂ ਕਲੇਜੇ ਵਜਟੇ ਪੈਟਰਾਲ ਵਰਗੀ ਵਜਟਾ ਕੰਨੀਆਂ ਦੇ ਸਾੜ ਦੂ ਕਲੇਜੇ ਵਜਟੇ ਪੈਟਰਾਲ ਵਰਗੀ ਅਟ੍ਰੀਕਾਲ ਤੁਸੀਂ ਦੇਖ ਰਹੇ ਹੋ ਜਗਮਾਨੀ ਟੀਵੀ ਤੇ ਬਾਲੀਵੁੱਡ ਟੜਕਾ ਪੰਜਾਬੀ ਮੈਂ ਤੁਹਾਡੇ ਨਾਲ ਨੀਹਾ ਮਨਹਾਸ ਅੌਰਜ ਤੜਕਾ ਟਾਕਸ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਸ ਪੈਟਰੋਲ ਵਰਗੀ ਜੱਟੀ ਦੇ ਨਾਲ ਜਿਨ੍ਹਾਂ ਨੇ ਆਪਣੇ ਗੀਤਾਂ ਨਾਲ ਤੁਹਾਨੂੰ ਬਹੁਤ ਜ਼ਿਆਦਾ ਇੰਜੋਏ ਤਾਂ ਕਰਵਾਇਆ ਐਂਟਰਟੇਨਮੈਂਟ ਕਰਵਾਇਆ ਬਟ ਨਾਲ ਦੇ ਨਾਲ ਆਪਣੇ ਇੱਕ ਛਣਕਾਟਾ ਸ਼ੋਅ ਆਉਂਦਾ ਸੀ ਇੱਕ ਨਹੀਂ ਵੈਸੇ ਉਹ ਇੱਕੋ ਹੀ ਸੀਗਾ ਤੁਸੀਂ ਉਸ ਨੂੰ ਦੇਖ ਕੇ ਬਹੁਤ ਇੰਜੋਏ ਕੀਤਾ ਅਦਰ ਵਰਗਾ ਕਦੀ ਕੋਈ ਸ਼ੋਅ ਨਹੀਂ ਆਇਆ ਔਰ ਉਸ ਸ਼ੋਅ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਜਿਹੜੀ ਸੀ ਉਸ ਨੂੰ ਦੇਖ ਕੇ ਹਰ ਕੋਈ ਬਹੁਤ ਖੁਸ਼ ਹੁੰਦਾ ਸੀ ਉਹਨਾਂ ਦੇ ਫੇਸ ਤੇ ਸਮਾਈਲ ਹੁੰਦੀ ਸੀ ਮੇਰੇ ਨਾਲ ਨੇ ਨੀਲੂ ਸ਼ਰਮਾ ਜਿਨ੍ਹਾਂ ਨਾਲ ਗੱਲਬਾਤ ਕਰਦੇ ਆ ਮਿਸ ਪੰਜਾਬਣ ਵੀ ਰਹੇ ਨੇ ਮਿਸ ਪੰਜਾਬ ਵੀ ਰਹੇ ਨੇ ਬਹੁਤ ਸਾਰੇ ਇਹਨਾਂ ਕੋਲ ਟਾਈਟਲਸ ਨੇ ਬਹੁਤ ਇੰਟੈਲੀਜੈਂਟ ਨੇ ਹੋਰ ਤਰੀਫਾਂ ਅਸੀਂ ਇੰਟਰਵਿਊ ਦੇ ਵਿੱਚ ਕਰਾਂਗੇ ਪਹਿਲੇ ਤੁਹਾਡਾ ਸਵਾਗਤ ਕਰਦੇ ਆ ਥੈਂਕ ਯੂ ਨੇਹਾ ਥੈਂਕ ਯੂ ਵੈਰੀ ਮੱਚ ਫਾਰ ðiਸ ਵੌਂਡਰਫੁਲ ਵਰਡਸ ਸਾਰੀ ਆਡੀਅੰਸ ਜੋ ਮੈਨੂੰ ਇਸ ਸਮੇਂ ਦੇਖ ਰਹੀ ਹੈ ਸੁਣ ਰਹੀ ਹੈ ਸਭ ਨੂੰ ਮੇਰੀ ਪਿਆਰ ਭਰੀ ਸ਼ਾਸਤਿਕਾਂ ਅਤੇ ਜਦੋਂ ਤੁਹਾਡੇ ਨਾਲ ਗੱਲਬਾਤ ਕਰਨ ਦਾ ਹੈ ਨਾ ਬਨਿਆ ਸਬਾ ਬਨ ਰਿਆ ਸੀ ਕਿ ਇੰਟਰਵਿਊ ਕਰਾਂਗੇ ਹੈ ਨਾ ਸੋ ਜਦੋਂ ਵੀ ਆਂਦਾ ਨੀਲੂ ਸ਼ਰਮਾ ਦਾ ਨਾਮ ਛਣਗਾਟੇ ਵਾਲੀ ਨੀਲੂ ਤਾਂ ਆਉਂਦੀ ਹੀ ਹੁੰਦੀ ਹੈ ਨਾ ਬਟ ਇੱਕ ਵੰਜਾਰਨ ਕੁੜੀ ਵੀ ਆਉਂਦੀ ਹੈ ਜੈਸ ਯੈਸ ਯੈਸ ਹੈ ਨਾ ਉਹ ਉਹ ਗਾਣੇ ਤੋਂ ਬਾਅਦ ਤੇ ਤੁਹਾਡੀ ਲਾਈਫ ਪੂਰੀ ਚੇਂਜ ਹੋ ਗਈ ਜ਼ ਰਾਈਟ सड़क पे जाना भी थोड़ा मुश्किल हो गया यस yes. उस टाइम नेहा एक एको प्लैटफॉम थी दूरदर्शन केंद्र चलाते hmm. हूँ मैं कह ब्लैसिंग है कि बहुत सारे प्लेटफॉर्म्स right. ने है ना बट उस टाइम सिर्फ एक ही थी हों मैं प्लस वन की स्टूडेंट सी ਡਾਂਸ ਕਰ ਦਿੱਤਾ ਹੋ ਗਿਆ ਕਦੀ ਇਹ ਨਹੀਂ ਸੀ ਸੋਚਿਆ ਕਿ ਇਹ ਬਹੁਤ ਲੋਕਾਂ ਨੂੰ ਪਸੰਦ ਆਏਗਾ ਲੋਕ ਇਹਨੂੰ ਇੰਨਾ ਪ੍ਰਵਾਨ ਕਰਨਗੇ ਕਿ ਮੈਂ 31 ਨੂੰ ਰਾਤੀਓ Song ਆਇਆ 92 ਦੀ ਗੱਲ ਹੈ yes 92 ਦਾ ਨਿਊ ਇਅਰ ਪ੍ਰੋਗਰਾਮ ਸੀਗਾ ਲਾਰਾ ਲੱਪਾ ਤੇ 31st ਨਾਈਟ ਨੂੰ Song ਜਿਹੜਾ ਸੀਗਾ ਟੈਲੀਕਾਸਟ ਹੋਇਆ ਔਰ ਫਰਸਟ ਦੀ ਮੇਰੇ ਖਿਆਲ ਚ ਮੇਰੇ ਕਾਲਜ ਛੁੱਟੀ ਸੀਗੀ ਨਿਊ ਇਅਰ ਦੀ ਛੁੱਟੀ ਹੁੰਦੀ ਹੈ ਕਾਲਜਸ ਦੇ ਵਿੱਚ ਸੈਕੰਡ ਨੂੰ ਨੀਤੂ ਜਦੋਂ ਮੈਂ ਆਪਣੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਨਾ ਕਿ ਜਦੋਂ ਮੈਂ ਆਪਣੇ ਘਰੋਂ ਬਾਹਰ ਨਿਕਲੀ ਤਾਂ ਮਾਰਕੀਟ ਦੇ ਵਿੱਚ एवरीवन ਜਿੰਨਾ ਤੋਂ ਮੇਰੇ ਮਦਰ ਰਾਸ਼ਨ ਲੈਂਦੇ ਸੀ ਜਿਹੜੇ ਮੈਨੂੰ ਬਚਪਨ ਤੋਂ ਇੰਨੀ ਕ ਜੀ ਤੋਂ ਜਾਣਦੇ ਸੀ ਉਹ ਵੀ ਮੈਨੂੰ ਐਦਾਂ ਕਰਕੇ ਦੇਖ ਰਹੇ ਸੀ ਦੈਨ ਆ ਵਾਸ ਲਾਈਕ ਕਿ ਮੈਂ ਅੱਜ ਕੁਝ ਗਲਤ ਤਾਂ ਨਹੀਂ ਪਾਇਆ ਕਿਉਂਕਿ ਮੇਰੀ ਮੇਰੇ ਸਿਸਟਮ ਚ ਐ ਸੈਟ ਨਹੀਂ ਸੀਗਾ ਮੈਂ ਇੱਕ ਬੜੀ ਆਮ ਫੈਮਿਲੀ ਨੂੰ ਬਿਲੋਂਗ ਕਰਦੀ ਲੜਕੀ ਸੀ ਮੈਂ ਸੋਚਿਆ ਹੀ ਨਹੀਂ ਸੀਗਾ ਕਿ ਜਦੋਂ ਇਸ ਤਰ੍ਹਾਂ ਦਾ ਅ ਟੈਲੀਕਾਸਟ ਹੋ ਜਾਏਗਾ ਤੇ ਲੋਕੀ ਮੇਰੇ ਨਾਲ ਮਤਲਬ ਲੋਕਾਂ ਦਾ ਲੋਕੀ ਮੇਰੇ ਲੋ ਇਸ ਤਰ੍ਹਾਂ ਰਿਐਕਟ ਕਿਵੇਂ ਕਰਨਗੇ ਤੇ ਆਈ ਵਾਸ ਤੋਂ ਮੈਂ ਨਾ ਉਦੋਂ ਪੀਸੀ ਹੁੰਦੇ ਸੀ ਮੈਂ ਰਸਤੇ 'ਚ ਆਪਣੇ ਮਦਰ ਨੂੰ ਫੋਨ ਕੀਤਾ ਮੈਂ ਕਿਹਾ ਮੰਮੀ ਲੋਕੀ ਮੇਰੇ ਵੱਲ ਦੇਖ ਕੀ ਜਾ ਰਿਹਾ ਹੈ ਮੰਮੀ ਨੇ ਸਿੱਧੀ ਕਾਲਜ ਆ ਤੇ ਸਿੱਧੀਆਂ ਕਾਲਜ ਤੋਂ ਘਰ ਵਾਪਸ ਆਇਆ ਮੈਨੂੰ ਲੱਸਨ ਦੀ ਲੋੜ ਨਹੀਂ ਲੋਕੀ ਮੇਰੇ ਵਾਲ ਦੇਖ ਕੇ ਜਾਂਦੇ ਮਤਲਬ ਇਟ ਵਾਸ ਬੜੀ ਹਾਂ ਉਹ ਸਾਲ ਮੈਨੂੰ ਕਾਲਜ ਦੇ ਵਿੱਚ ਜਾ ਕੇ ਸਮਝ ਆਈ ਜਦੋਂ ਮੇਰੇ ਕਾਲਜ ਦੀਆਂ ਲੜਕੀਆਂ ਨੇ ਪਹੁੰਚ ਪਹੁੰਚ ਕੇ ਮੈਨੂੰ ਫੜਨਾ ਸ਼ੁਰੂ ਕੀਤਾ ਯਾਰ ਤੂੰ ਤਾਂ ਇਹ ਯਾਰ ਫਿਰ ਮੈਨੂੰ ਸਮਝ ਆਇਆ ਕਿ ਉਹ ਹੋ ਕੀ ਹੋਇਆ ਇਹ ਵੈਕ ਕੌਜ਼ ਵੀ ਇਸ ਗੱਲ ਕਰਕੇ ਸਾਰੇ ਮੇਰੇ ਵਾਲ ਵੇਖ ਰਹੇ ਸੀ ਮਤਲਬ ਬੜਾ ਅੱਛਾ ਸਵੇ ਸੀ ਬਹੁਤ ਅੱਛਾ ਅੱਛੇ ਦਿਨ ਸੀ ਜੀ ਉਹ ਉਹ ਟਾਈਮ ਸੀ ਜਦੋਂ ਤੁਸੀਂ ਇੱਕ ਹਿਸਾਬ ਦਾ ਆਪਣਾ ਸਟਾਰਟਅਪ ਕੀਤਾ ਸੀਗਾ ਹੈਨਾ दे yes, दे yes, इस दे yes. इस चे। और आज का टाइम है जो जत्ती पेट्रोल वर्गी और गाना बहुत प्यारा आया है, कर दे है और की पसंद भी उस कर मैं दो लाइन हो जाने स्केट गीत ओके ਅੱਜ ਲਹਿੰਗਿਆਂ ਨਸੂਟਾਂ ਦੇ ਮੁਕਾਬਲੇ ਰੰਗ ਗੋਰੀਆਂ ਨੂੰ ਮਾਤ ਪਾਉਂਦੇ ਸਾਵਲੇ ਝੱਟੀ ਦੇਸੀ ਫੇਰੇ ਲੋਲ ਕਰਦੀ ਕੁੜੀ ਜਾਣ ਕੇ ਕਲੋਲ ਕਰਦੀ ਵੇ ਜੱਟਾ ਕਣੀਆਂ ਦੇ ਸਾੜ ਦੂ ਕਲੇਜੇ ਵੇ ਝੱਟੀ ਪੈਟਰਾਲ ਵਰਗੀ ਵੇ ਜੱਟਾ ਕਣੀਆਂ ਦੇ ਸਾੜ ਦੂ ਕਲੇਜੇ ਵੇ ਝੱਟੀ ਪੈਟਰਾਲ ਵਰਗੀ अच्छा ये ना बिजी बिजी स्केड्यूल ਰਹਿੰਦਾ ਹੈ ਤੁਹਾਡਾ ਹੈ ਨਾ ਫਿਰ ਟਾਈਮ ਕਿਵੇਂ ਕੱਢਦੇ ਹੋ ਤੁਸੀਂ ਆਪਣਾ ਰਿਆਜ਼ ਦਾ ਵੀ ਨਾ ਸਮਾ ਗਾਉਂਦੇ ਹੋ ਤੇ ਮੈਨੂੰ ਐਕਸਟਰਾ ਲੱਗਦਾ ਹੁੰਦਾ ਹੈ ਕਿ ਆ ਥਿਸ ਇਜ਼ ਯੂਰ ਬੋਡੀ ਅਥਰ ਬੋਡੀ ਸਿਸਟਮ ਹੈ ਨਾ ਤੁਸੀਂ ਇਹਨੂੰ ਜਿਸ ਤਰ੍ਹਾਂ ਸੈੱਟ ਕਰ ਲੈਂਦੇ ਹੋ ਨਾ ਨੇਹਾ ਉਸ ਤਰ੍ਹਾਂ ਸੈੱਟ ਹੋ ਜਾਂਦਾ ਹੈ ਆਮ ਤੌਰ ਤੇ ਲੋਕੀ ਵਰਕਿੰਗ ਲੇਡੀਜ਼ ਨੂੰ ਪੁੱਛਦੇ ਆ ਕਿ ਤੁਸੀਂ ਕਿਵੇਂ ਸਾਰਾ ਕੁਝ ਮੈਨੇਜ ਕਰਦੇ ਹੋ ਪਰ ਮੈਨੂੰ ਐਦਾਂ ਲੱਗਦਾ ਹੈ ਕਿ ਜਿਸ ਕੰਮ ਨੂੰ ਲੈ ਕੇ ਤੁਸੀਂ ਪੈਸ਼ਨੇਟ ਹੋ ਨਾ ਜਿਸ ਕੰਮ ਤੋਂ ਤੁਹਾਡਾ ਪੈਸ਼ਨ ਹੈ ਤੁਸੀਂ ਉਹਦੇ ਲਈ ਆਪਣੇ ਆਪ ਹੀ ਟਾਈਮ ਨਿਕਾਲ ਲੈਂਦੇ ਹੋ ਹੈ ਨਾ ਦੇਖੋ ਆਪਾਂ ਜਦੋਂ ਇੱਕ ਔਰਤ ਮਾਂ ਬਣਦੀ ਹੈ ਹਣਾ ਉਹਨੂੰ ਮਾਂ ਬਣਨ ਦਾ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਪਰ ਉਹਨੂੰ ਆਪਣਾ ਬੱਚਾ ਇੰਨਾ ਪਿਆਰਾ ਹੁੰਦਾ ਕਿ ਉਹ ਆਪਣਾ ਸਾਰੇ ਸਾਰੇ ਕੰਮ ਸਾਰੀ ਜ਼ਿੰਦਗੀ ਦੇ ਸ਼ੈਡਿਊਲਸ ਮੈਨੇਜ ਕਰਕੇ ਆਪਣੇ ਬੱਚੇ ਵੱਲ ਲੱਗ ਜਾਂਦੀ ਹੈ ਹੈਨਾ ਸੋ ਜਿਹੜੀ ਚੀਜ਼ ਤੁਹਾਨੂੰ ਬਹੁਤ ਪਿਆਰੀ ਹੈ ਆਪਣੀ ਜ਼ਿੰਦਗੀ 'ਚ ਤੁਸੀਂ ਉਹਦੇ ਲਈ ਸਮਾਂ ਨਿਗਾਹ ਹੀ ਲੈਂਦੇ ਹੋ ਅੱਛਾ ਤੁਹਾਡੇ ਹੋਰ ਗਾਣੇ ਵੀ ਆਏ ਸੀਗੇ ਹੈਨਾ ਇੱਕ ਟੂੜੇ ਵਾਲੀ ਵੀ ਜਿਹੜਾ ਹੈਨਾ ਗਾਣਾ ਗਾਣਾ ਆਇਆ ਸੀ ਤੁਹਾਡਾ ਸੋ ਇੱਕ ਗਾਣੇ ਦਾ ਇਹ ਗਾਇਕੀ ਦਾ ਸ਼ੌਕ ਵੀ ਸਟਾਰਟਿੰਗ ਤੋਂ ਹੀ ਸੀਗਾ ਨੇਹਾ ਆਈ ਵਾਸ ਅ 뮤직 ਸਟੂਡੈਂਟ ਮੈਂ 뮤זיਕ ਦੀ ਸਟੂਡੈਂਟ ਸੀ ਮੈਂ ਗ੍ਰੈਜੂਏਟ ਆ ਔਰ 뮤זיਕ ਦੇ ਵਿੱਚ ਮੇਰੇ ਮਦਰ ਐਮਏ 뮤זיਕ ਸੀਗੇ ਇੱਕ ਆਸਮ ਸਿੰਗਰ ਸੀਗੇ ਤੇ ਉਹਨਾਂ ਦੇ ਐਚਐਮਵੀ ਤੋਂ ਰਿਕਾਰਡਸ ਵੀ ਆਏ ਹੋਏ ਸੀਗੇ ਤੇ ਪਰ ਮੇਰਾ ਕੋਈ ਖਾਸ ਸ਼ੌਂਕ ਨਹੀਂ ਸੀ 뮤זיਕ 'ਚ ਮੈਨੂੰ ਡਾਂਸ ਕਰਨਾ ਬਹੁਤ ਅੱਛਾ ਲੱਗਦਾ ਸੀ ਛੋਟੇ ਹੁੰਦੇ ਤੋਂ ਹੀ ਮੈਂ ਨਾ ਆਪਣਾ ਪਰਛਾਵਾਂ ਦੇਖ ਕੇ ਸ਼ੀਸ਼ੇ ਵੱਲ ਦੇਖ ਕੇ ਉਹ ਚਿੱਤਰਹਾਰਾਂ ਦਾ ਹੁੰਦਾ ਸੀ ਨਾ ਤੇ ਸਾਰੇ ਜਿਹੜੇ ਟੀਵੀ ਅੱਗੇ ਬੈਠ ਕੇ ਚਿੱਤਰਹਾਰ ਦੇਖਦੇ ਸੀ ਮੈਂ ਉਹ ਗਾਣੇ ਸੁਣ ਕੇ ਨਾ ਆਪਣੀ ਵੋਲ ਦਾ ਪਰਛਾਵਾਂ ਦੇਖ ਕੇ ਤੇ ਨਛਰੀ ਹੁੰਦੀ ਸੀ ਮੈਂ ਜਿੱਤ ਰਾਨਾ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਆਪਣਾ ਬਗਣਾ ਮੇਰਾ ਤਾਂ ਆਪਣਾ ਹੀ ਜਿੱਤਰਾ ਚੱਲ ਰਿਹਾ ਹੁੰਦਾ ਸੀ ਤੋ ਮਤਲਬ ਮੈਨੂੰ ਬੇਸਿਕਲੀ ਮੈਨੂੰ ਡਾਂਸ ਦਾ ਸ਼ੌਂਕ ਸੀਗਾ ਮੇਰਾ ਗਾਣੇ ਵਾਲ ਇੰਨਾ ਕੋਈ ਰੁਝਾਨ ਨਹੀਂ ਸੀਗਾ ਔਰ ਮੇਰੇ ਮਦਰ ਨੂੰ ਐ ਸੀਗਾ ਵੀ ਚਲੋ ਠੀਕ ਹੈ ਠੀਕ ਠਾਕ ਗਾ ਲੈਂਦੀ ਹੈ ਗਲਾ ਚੱਲਦਾ ਹੈ ਤਾਂ ਇਹਨੂੰ ਥੋੜਾ ਜਿਹਾ ਇਹਦੇ ਵਿੱਚ ਐਜੂਕੇਟ ਕਰ ਦਿੱਤਾ ਜਾਵੇ ਪਰ ਉਮ ਜਦੋਂ ਮੇਰੀ ਸ਼ਾਦੀ ਹੋਈ ਐਂਡ ਧੀਰਜ ਕੇਮ ਟੂ ਨੋ ਮਾਈ ਹਸਬੈਂਡ ਕੇਮ ਟੂ ਨੋ ਕਿ ਹਾਂ ਇਹ ਗਾ ਸਕਦੀ ਹੈ ਇਹਨਾਂ ਨੇ ਨਾ ਬੜੇ ਅਨਿਸ਼ਲੀ ਮੇਰੇ ਤੋਂ ਇੱਕ ਪ੍ਰੋਮਿਸ ਲੈ ਲਿਆ ਸੀ ਕਿ ਇੱਕ ਟਾਈਮ ਤੇ ਤੂੰ ਜ਼ਰੂਰ ਗਾਏਂਗੀ ਚਾਹੇ ਫॉर ਮੀ ਵਨ Song only ਤੇ ਮੈਂ ਇਹਨਾਂ ਨੂੰ ਕਿਹਾ ਵੀ ਇੰਪੋਸੀਬਲ ਜਿਹਾ ਟਾਸਕ ਹੈ ਵੀ ਮੈਂ ਕਦੀ ਗਾਇਆ ਨਹੀਂ ਹਨਾ ਤੇ ਹੀ ਸੈਡ ਨਹੀਂ ਯੂ ਵਿਲ ਸਿੰਗ ਫॉर ਮੀ ਤਾਂ ਮੈਨੂੰ ਨਹੀਂ ਸੀ ਪਤਾ ਕਿ ਉਹ ਮੈਂ ਐਕਸਟਰਾ ਪ੍ਰੋਫੈਸ਼ਨਲੀ ਉਸ ਨੂੰ ਟੇਕ ਅਪ ਕਰਾਂਗੀ ਇੱਕ ਟਾਈਮ ਤੇ ਉੱਤੇ ਜਾ ਕੇ ਹਾਂ ਬਟ ਤੋਂ ਮਿਲ ਰਹਾ ਹੈ ਕਿ ਬਹੁਤ ਨਹੀਂ ਬਹੁਤ ਪਿਆਰ ਦਿੱਤਾ ਆਡੀਅנס ਨੇ ਨੇਹਾ ਮੈਂ ਆਪਣੇ ਆਡੀਅנס ਦੇ ਰੂਬਰੂ ਹੋਈ ਸੀ ਐਜ਼ ਅ ਡਾਂਸਰ ਫਿਰ ਪੱਲਾ ਜੀ ਔਰ ਸ਼ਰਮਾ ਜੀ ਔਰ ਹਰਜੀਤ ਸਰ ਨੇ ਮੇਰੀ ਬਾਹ ਫੜੀ ਤੇ ਮੈਨੂੰ ਛਣਕਾਟੇ ਵੱਲ ਲੈ ਗਏ ਹਨਾ ਮੈਂ ਕਾਮੇਡੀਅਨ ਐਸ ਕਾਮੇਡੀਅਨ ਲੋਕਾਂ ਦੇ ਰੂਬਰੂ ਹੋ ਗਈ ਜਦ ਕਿ ਮੈਨੂੰ ਕਾਮੇਡੀ ਦਾ ਉਸ ਟਾਈਮ ਕੁਝ ਵੀ ਨਹੀਂ ਸੀ ਪਤਾ ਮੇਰੀ ਪੰਜਾਬੀ ਆਡੀਅנס ਨੇ ਐਸ ਕਾਮੇਡੀਅਨ ਮੈਨੂੰ ਐਕਸੈਪਟ ਕਰ ਲਿਆ ਪਹਿਲਾਂ ਮੈਨੂੰ ਐਸ ਡਾਂਸਰ ਇੰਨਾ ਪਿਆਰ ਦਿੱਤਾ ਫਿਰ ਐਸ ਕਾਮੇਡੀਅਨ ਇੰਨਾ ਪਿਆਰ ਦਿੱਤਾ ਤੇ ਏ ਤਾਂ ਬਿਲਕੁਲੀ ਐਕਸਪੈਰੀਮੈਂਟ ਸੀਗਾ ਨਾ ਬਟ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਮਤਲਬ ਮੈਂ ਆਪਣੀ ਪੰਜਾਬੀ ਆਡੀਅנס ਦਾ ਤਾਂ ਮੈਂ ਦੇਣਾ ਹੀ ਨਹੀਂ ਦੇ ਸਕਦੀ ਨਹੀਂ ਦੇ ਸਕਦੀ ਮੈਂ ਤਾਂ ਮਤਲਬ ਤੁਸੀਂ ਇਹ ਕਹਿ ਲਓ ਕਿ ਮੈਂ ਬਹੁਤ ਨਿਵੇਂ ਤੱਕ ਚੁੱਕੀ ਪਈ ਆ ਉਹਨਾਂ ਅੱਗੇ ਕਿ ਮੈਂ ਇਸ ਜਨਮ ਚ ਤੇ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਐਨ ਆਪਣੇ ਹਸਬੰਡ ਦਾ ਵੀ ਕਿਉਂਕਿ ਉਹਨੇ ਤੁਹਾਨੂੰ ਇੰਨਾ ਮੋਟੀਵੇਟ ਕੀਤਾ ਮੈਨੂੰ ਐ ਲੱਗਦਾ ਕਿ ਲੋਕੀ ਕਹਿੰਦੇ ਆ ਜੀ ਹਰ ਕਾਮਯਾਬਾਦਵੀ ਕੇ ਪਿਛੇ ਇੱਕ ਔਰਤ ਦਾ ਹੱਥ ਹੁੰਦਾ ਤੇ ਹਰ ਕਾਮਯਾਬ ਔਰਤ ਪਿੱਛੇ ਵੀ ਗਾੜਮੀ ਦਾ ਹੱਥ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੀਗ ਮੈਰਿਡ ਲੇਡੀ ਬੀਗ ਮੈਰਿਡ ਔਮਨ ਯੂ ਕੈਨ ਵੈਲ ਅੰਡਰਸਟੈਂਡ ਵਾਟ ਆਈ ਏਮ ਸੇਇੰਗ ਹਨਾ ਔਰ ਮੈਨੂੰ ਐ ਲੱਗਦਾ ਕਿ ਜਿੰਨੀਆਂ ਵੀ ਅੱਛੇ ਲੈਵਲ ਤੇ ਲੇਡੀਜ਼ ਕੰਮ ਕਰ ਰਹੀਆਂ ਨੇ ਤੇ ਉਹਦੇ ਪਿੱਛੇ ਉਹਨਾਂ ਦੇ ਹਸਬੈਂਡਸ ਦਾ ਹੱਥ ਜ਼ਰੂਰ ਹੈ ਬਿਲਕੁਲ ਸਪੋਰਟ ਹੈ ਤਾਂ ਡੈਫੀਨਿਟਲੀ ਡੈਫੀਨਿਟਲੀ ਇਫ ਯੂ ਆਰ ਸਟ्रेस ਫਰੀ ਯੂ ਆਰ ਯੂ ਆਰ ਨੋਟ ਹੈਵਿੰਗ ਐਨੀ ਸਟ्रेस ਔਨ ਯੂਰ ਮਾਈਂਡ ਤਾਂ ਤੁਸੀਂ ਓਨਲੀ ਦਨ ਤੁਸੀਂ ਆਪਣੀ ਜਿਹੜੀ ਹੈ ਪਰਫਾਰਮੈਂਸ 100% ਦੇ ਸਕਦੇ ਹੋ ਆਦਰਵਾਇਸ ਤਾਂ ਫਿਰ ਤੁਹਾਨੂੰ ਆਪਣੇ ਘਰ ਦੇ ਸਟ्रेस ਨਹੀਂ ਖਤਮ ਹੁੰਦੇ ਕਿਉਂਕਿ ਔਰਤ ਜਿੰਨਾ ਆਪਣੇ ਘਰ ਨਾਲ ਜੁੜੀ ਹੋਈ ਹੈ ਮੈਨੂੰ ਲੱਗਦਾ ਕਿਸੇ ਚੀਜ਼ ਨਾਲ ਨਹੀਂ ਜੁੜੀ ਹੁੰਦੀ ਅੱਛਾ ਫਰਸਟ Song ਕਿਹੜਾ ਸੀ ਜਿਹੜਾ ਤੁਸੀਂ ਇਤਨਾ ਪ੍ਰੋਫੈਸ਼ਨਲ ਨਹੀਂ ਕਹਿ ਰਹੀਆਂ ਜਿਹੜਾ ਆਪਣੇ ਹਸਬੈਂਡ ਨੂੰ ਸੁਣਾਇਆ ਸੀਗਾ ਕਿਹੜਾ ਗੀਤ ਉਹਨਾਂ ਉਹ ਅਨ ਐਕਚੁਅਲੀ ਅਸੀਂ ਸਾਡੇ ਫੈਮਿਲੀ ਦੇ ਵਿੱਚ ਸਾਰੇ ਇਕੱਠੇ ਹੋ ਕੇ ਬੈਠ ਜਾਂਦੇ ਸੀ ਤਾਂ ਹਨਾ ਤਾਂ ਉਸ ਟਾਈਮ ਤੇ ਸਾਰੇ ਘਰ ਦੇ ਜੀ ਨਵੇਂ-ਨਵੇਂ ਵਿਆਹ ਹੋਏ ਸੀਗੇ ਅਸੀਂ ਮੇਰੀ ਦਿਵਰਾਨੀ ਦੀ ਵੀ ਸ਼ਾਦੀ ਮੇਰੇ ਨਾਲ ਨਾਲ ਹੀ ਹੋਈ ਸੀਗੀ ਤਾਂ ਬਸ ਅਸੀਂ ਬੈਠੇ ਤੁਸੀਂ ਗਾਓ ਤੁਸੀਂ ਗਾਓ ਤੁਸੀਂ ਗਾਓ ਤੇ ਇਹਨਾਂ ਨੇ ਜਦੋਂ ਮੇਰੇ ਤੋਂ ਉਹ ਗਾਣਾ ਸੁਣਿਆ ਤਾਂ ਹੀ ਸੈਡ ਨਹੀਂ 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 ਯੂ ਵਿਲ ਸਿੰਗ ਹਨਾ ਕਿਉਂਕਿ ਧੀਰਜ ਬਿਲਕੁਲ ਇਸ ਬੈਕਗਰਾਉਂਡ ਤੋਂ ਨਹੀਂ ਸੀਗੇ ਹੈਨਾ ਬਿਲਕੁਲ ਆਰਡੀਨਰੀ ਸੀ ਔਰ ਇਹਨਾਂ ਨੂੰ ਜਿੰਨਾ ਜਿੰਨਾ ਹਾਲਾਂਕਿ ਇਹਨਾਂ ਨੂੰ ਮੇਰੀ ਸ਼ਾਦੀ ਤੋਂ ਪਹਿਲਾਂ ਪਤਾ ਸੀਗਾ ਕਿ ਸ਼ੀ ਇਸ ਪਰਫਾਰਮਿੰਗ ਐਂਡ ਆਲ ਹੈਨਾ ਤੇ ਬਟ ਕੁਝ ਚੀਜ਼ਾਂ ਤੁਸੀਂ ਨਹੀਂ ਲੋਕਾਂ ਸਾਹਮਣੇ ਪਰਫਾਰਮ ਕੀਤੀਆਂ ਹੁੰਦੀਆਂ ਤੁਸੀਂ ਸਿਰਫ ਆਪਣੀ ਫੈਮਿਲੀ ਚ ਆਪਣੇ ਬਹੁਤ ਨੀਅਰ ਐਂਡ ਡੀਅਰਸ ਦੇ ਨਾਲ ਪਰਫਾਰਮ ਕਰਦੇ ਹੋ ਹੈਨਾ तो चीज़ा भी जो तो मैं देखते दे तो फिर बड़े खुश होंगे इन्होंने ये होंडन ना रह जाए टैलेंट भी बहार <laughs> भी, भी आ जाए <laughs> मैं चाहूँगी उ गाँव अपने हसबेंड हालांकि सामने बैठे हुए हैं बट अभी जावे ऑन कैमरा गाने न लड़िया है लड़िया कर डुला ਕਦ ਸਾਡੀ ਵੀ ਗੱਲ ਕੋਈ ਸੁਣ ਸਜਣਾ ਹੋਵੇ ਮਵਾ ਚਿਆਂ ਦੇ ਨਾਲ ਆਈ ਹੋਈਆਂ ਐਵੇਂ ਨਾ ਲੜਿਆ ਐਵੇਂ ਨਾ ਲੜਿਆ ਕਰ ਢੋਲਾ ਮੈਂ ਤੇਰੇ ਸਿਰੇ ਨਾਲ ਵੀ ਆਈ ਹੋਈਆਂ ਸੋ ਨੀਰੂ ਜੀ ਇਹ ਗੀਤ ਤਾਂ ਤੁਸੀਂ ਅਦੋਂ ਸੁਨਾਇਆ ਆਪਣੇ ਹਸਬੰਡ ਨੂੰ ਹੈ ਨਾ ਬਟ ਦੁਬਾਰਾ ਇਸ ਗੀਤ ਤੇ ਆਨੇ ਜਿਹਦੇ ਲਈ ਅਸੀਂ ਅੱਜ ਇੰਟਰਵਿਊ ਕਰ ਰਹੇ ਹਾਂ ਰਾਈਟ ਹੈ ਨਾ ਜੱਤੀ ਪੈਟਰੋਲ ਵਰਗੀ ਤੇ ਟੀਮ ਬਾਰੇ ਜਾਨਣਾ ਚਾਹਾਂਗੇ ਕਿ ਟੀਮ ਅ ਨੀਹਾ ਇਹਦੇ ਵਿੱਚ ਇਹਦੇ ਲਿਰਿਕਸ ਜਿਹੜੇ ਨੇ ਵੀਤਪਲਜੀਤ ਨੇ ਲਿਖੇ ਨੇ ਬਹੁਤ ਸੋਹਣੇ ਲਿਰਿਕਸ ਲਿਖਦਾ ਮੁੰਡਾ ਔਰ ਮਤਲਬ ਬਹੁਤ سارے ਆਰਟਿਸਟਸ ਨੂੰ ਉਹਨੇ ਗਾਣਾ ਆਪਣੇ ਦਿੱਤੇ ਨੇ ਬਹੁਤ ਔਰ ਹੇਟਿੰਗ ਵੀ ਗਏ ਨੇ ਉਹਦੇ ਗਾਣੇ ਬਹੁਤ ਹਿੱਟ ਜਾਂਦੇ ਨੇ ਔਰ ਬਹੁਤ ਹੀ ਇੱਕ ਬਿਹਤਰੀਨ ਉੰਦਾ ਇਨਸਾਨ ਹੈ ਤੇ ਉਸ ਤੋਂ ਬਾਅਦ ਜਿਹੜਾ ਇਹਦਾ 뮤직 ਹੈਗਾ ਉਹ ਰਿਕਰੋਇਸ ਨੇ ਤੇ ਇੱਕ ਲੜਕਾ ਹੈ ਸਾਡੇ ਕੋਲ ਰਾਜਾ ਇੰਦਰਜੀਤ ਸਿੰਘ ਉਹਨਾਂ ਨੇ ਮਿਲ ਜੁਲ ਕੇ ਇਹਦਾ 뮤직 ਕੀਤਾ ਤੇ ਜਿਹੜੀ ਕੰਪਨੀ ਜਿੰਨੇ ਨੂੰ ਰਿਲੀਜ਼ ਕੀਤਾ that is ਸ਼ਮਾ ओके सो वीडियो किनाने बनाई वीडियो मुनीश शर्मा जी ने बनाई थी ठीक है okay. दैट ये डायरेक्टर जड़ी ओना दा सारा आईडिया सी इस वीडियो Concept. दे पीछे हां सारा कांसेप्ट ओना दा है वीडियो नु मैं एक्स्ट्रा चांदी सी की, की बहुत सिंपल ओ होवे क्योंकि आजकल स्टोरी लाइंस बहुत ज्यादा चलदियां हर गाना स्टोरी लाइन दे ऊपर बन के आ रहा हर गाना स्टोरी लाइन दे ऊपर बन के आ रहा तो मेनू एक्स्ट्रा लग रहा सीगा कि अस एक बहुत सिंपल ज शूट बहुत आम ज जो मतलब जिदे नाल लोग कि अपने आप नु जोड़ के फटाफट देख सकन क्योंकि हर स्टोरी लाइन ना लोग अपने आप नु जोड़ के नहीं देख सक ਤਾਂ ਅਸੀਂ ਬੜਾ ਇਹਨੂੰ ਮਸਤ ਜਾਈਕ ਸ਼ੂਟ ਆਪਣੀ ਆਈ ਥਿੰਕ ਸਨ ਵੀ ਉਹਦੀ ਮਾਰਕੀਟ ਹੈ ਤੇ ਉੱਥੇ ਅਸੀਂ ਕੀਤਾ ਤੇ ਵੀ ਰੀਅਲੀ ਇੰਜੋਏਡ ਇਟ ਅ ਲੋਟ ਸਵੀਤ ਬਲਜੀਤ ਹੁਣ ਨਾਲ ਪੁਰਾਣਾ ਤੁਹਾਡਾ ਰਾਪਤਾ ਹੈ ਕਿੰਨਾ ਪੁਰਾਣਾ ਪਿਆਰ ਹੈ ਆ ਨੇ ਨੇਹਾ ਮੈਂ 20 ਦਾ ਨੰਬਰ ਗੂਗਲ ਤੋਂ ਲੈ ਕੇ ਅੱਛਾ ਯੈਸ ਮੈਂ ਝੂਠ ਨਹੀਂ ਬੋਲਾਂਗੀ ਆਪਣੀ ਆਡੀਅנס ਨਾਲ ਬਿਲਕੁਲ ਵੀ ਮੈਂ ਗੂਗਲ ਤੋਂ ਲੈ ਕੇ 20 ਨੂੰ ਕਾਲ ਕੀਤਾ ਸੀ 20 ਜਗਰਾਉਂ ਹੀ ਰਹਿੰਦਾ ਤੇ ਮੈਂ ਉਹਨੂੰ ਜਦੋਂ ਦੱਸਿਆ ਕਿ ਮੈਂ ਐਸਟਰਾ ਵੰਜਾਰਣ ਕੁੜੀ ਬੋਲ ਰਹੀ ਆ ਤਾਂ ਹੀ ਸੈਡ ਕਿ ਓਕੇ ਮੈਂ ਕਿਹਾ ਵੀ ਮੈਂ ਚਾਹਦੀ ਆ ਕਿ ਤੁਸੀਂ ਮੈਨੂੰ ਆਪਣਾ ਇੱਕ ਕਲਮ ਚੋਂ ਗੀਤ ਦਿਓ ਤੇ ਹੀ ਸੈਡ ਕਿ ਐਸਟਰਾ ਕਰਦੇ ਆ ਮੈਂ ਲੁਧਿਆਣੇ ਆ ਰਿਹਾ ਅੱਛਾ ਤੇ ਮੈਂ ਤੁਹਾਡੇ ਕੋਲ ਘਰ ਆਣਾ ਹਾਂ ਉੱਥੇ ਬੈਠ ਕੇ ਤੇ ਮੈਂ ਕਿਹਾ ਬਿਲਕੁਲ ਠੀਕ ਹੈ ਹਨਾ ਬੀਸ ਨਾਲ ਅੱਛੀ ਗੱਲ ਕੀ ਹੋ ਸਕਦੀ ਆ ਨਾ ਐਂਡ ਹੀ ਕੇਮ ਆਪਣੇ ਫਰੈਂਡਸ ਦੇ ਨਾਲ ਉਹ ਆਇਆ ਤੇ ਅਸੀਂ ਚਾਹ ਵਗੈਰਾ ਪੀਤੀ ਤੇ ਜਦੋਂ ਮੈਂ ਫਿਰ ਉਹਨੂੰ ਕਿਹਾ ਕਿ ਮੈਂ ਕਿਹ ਵੇਲੇ ਨੂੰ ਫੜਤੇ ਗੀਤ ਚਾਹੀਦਾ ਸੋ ਹੀ ਪ੍ਰੋਮਿਸਡ ਮੀ ਐਨੀ ਡੇ ਐਨੀ ਟਾਈਮ ਐਨੀ Song ਜਿਹੜਾ ਗਾਣੇ ਤੇ ਤੁਸੀਂ ਹੱਥ ਰੱਖੋਗੇ ਮਤਲਬ ਮੈਂ ਮੈਨੂੰ ਇੰਨਾ ਅੱਛਾ ਲੱਗਿਆ ਮੈਨੂੰ ਐਸਟਰਾ ਲੱਗਿਆ ਕਿ ਬਤੌਰ ਆਰਟਿਸਟ ਉਹਨੇ ਮੈਨੂੰ ਇੰਨੀ ਇੱਜ਼ਤ ਦਿੱਤੀ ਹੈ ਕਿ ਤੁਸੀਂ ਪੁਰਾਣੇ ਆਰਟਿਸਟੋਂ ਮੈਂ ਤੁਹਾਡੇ ਨਾਲ ਬਹਿਸ ਕਰ ਹੀ ਨਹੀਂ ਸਕਦਾ ਐਂਡ ਆਲ ਕਰਕੇ ਹਨਾ ਤੇ ਮਤਲਬ ਇੰਨਾ ਬਿਹਤਰੀਨ ਇਨਸਾਨ ਉਹਨੇ ਮੈਨੂੰ ਪ੍ਰੋਮਿਸ ਕੀਤਾ ਕਿ ਤੁਸੀਂ ਜਿਹੜਾ ਗਾਣਾ ਫਿਰ ਉਸ ਤੋਂ ਬਾਅਦ ਉਹਨੇ ਮੈਨੂੰ WhatsApp ਤੇ ਗਾਣੇ ਭੇਜੇ ਮੈਂ ਚੂਜ਼ ਕੀਤਾ ਹਨਾ ਤੇ ਪਰ ਮਤਲਬ ਇੰਨੇ ਪਿਆਰ ਨਾਲ ਇੰਨੀ ਮਤਲਬ ਨਿੱਗੇ ਪਿਆਰ ਨਾਲ ਔਰ ਇੰਨੇ ਹਲੀਮੀ ਨਾਲ ਉਹ ਮੈਨੂੰ ਪੇਸ਼ ਆਇਆ ਜਦ ਕਿ ਉਹਦਾ ਇੱਕ ਬਹੁਤ ਅੱਛਾ ਇੰਡਸਟਰੀ ਦੇ ਵਿੱਚ ਅੱਜ ਕਿਸੇ ਵੀ ਅੱਛੇ 뮤ਜ਼ਿਕ ਡਾਇਰੈਕਟਰ ਕੋਲ ਤੁਸੀਂ ਚਲੇ ਜਾਂਦੇ ਹੋ ਤੇ ਉਹ ਕਹਿੰਦਾ ਤੁਸੀਂ ਵੀਤ ਤੋਂ ਗਾਣਾ ਲਓ ਹਣਾ ਉਹਦਾ ਇੱਕ ਅੱਛਾ ਉੰਦਾ ਨਾਮ ਹੈ ਔਰ ਮੈਂ ਬਿਲਕੁਲ ਇੱਕ ਅਪਕਮਿੰਗ ਸਿੰਗਰ ਸੀਗੀ ਹਣਾ ਮੇਰਾ ਮਤਲਬ ਮੈਂ ਹਾਲੇ ਆ ਰਹੀ ਆ ਸਿੰਗਿੰਗ ਇੰਡਸਟਰੀ ਦੇ ਵਿੱਚ ਤੇ ਉਹਨੇ ਆਪਣਾ ਗਾਣਾ ਮੈਨੂੰ ਦੇਣਾ ਪ੍ਰਵਾਨ ਕੀਤਾ ਮੈਂ ਬਹੁਤ 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 ਧੰਨਵਾਦ ਕਰਦੀ ਆ ਅੱਛਾ ਵੀਦ ਬਲਜੀਤ ਹੀ ਕਿਉਂ ਇੰਨੇ ਲਿਰਿਸਟਸ ਹੈ ਇੰਡਸਟਰੀ ਦੇ ਵਿੱਚ ਕਿਸੇ ਤੋਂ ਵੀ ਤੁਸੀਂ ਗਾਣਾ ਲੈ ਸਕਦੇ ਸੀ ਬਟ ਵੀਦ ਬਲਜੀਤ ਕਿਉਂ ਆ ਬੀਤ ਬਲਜੀਤ ਮੈਨੂੰ ਨਾ ਦਲਜੀਤ ਦੇ ਸੌਂਗਸ ਬਹੁਤ ਅੱਛੇ ਲੱਗਦੇ ਹੈ ਹੈਨਾ ਮੈਨੂੰ ਇੱਕ ਬੀਤ ਮੈਨੂੰ ਮੈਂ ਐਕਚੁਅਲੀ ਨੀਹਾ ਸਾਰਾ ਦਿਨ ਕਰਾਇਮ ਨੂੰ ਡੀਲ ਕਰਦੀ ਹਾਂ ਹੈਨਾ ਮੈਂ ਲੋਕਾਂ ਦੇ ਇੰਨੇ ਦੁੱਖ ਸੁਣਦੀ ਹਾਂ ਔਰ ਉਹ ਦੁੱਖ ਜਿਹੜੇ ਵਾਕਈ ਸੱਚੇ ਦੁੱਖ ਨੇ ਉਹ ਕਿ ਪਿਕਚਰ ਨਹੀਂ ਚੱਲ ਰਹੀ ਉਹ ਵਾਕਈ ਲੋਕਾਂ ਦੀ ਜ਼ਿੰਦਗੀ 'ਚ ਹੁੰਦਾ ਹੈ ਔਰ ਉਹ ਲੋਕ ਉਸ ਚੀਜ਼ ਨਾਲ ਡੀਲ ਕਰਦੇ ਨੇ ਹੈਨਾ ਤੇ ਮੈਂ ਸਾਰਾ ਦਿਨ ਐਨੇ ਉਸ ਮਾਹੌਲ ਚ ਰਹਿੰਦੀ ਆ ਕਿ ਮੈਨੂੰ ਮੈਂ ਨਾ ਥੋੜਾ ਸੈਡ 뮤직 ਸੁਣਨ ਤੋਂ ਭੱਜਦੀ ਆ ਮਤਲਬ ਮੈਨੂੰ ਐ ਹੁੰਦਾ ਕਿ ਨਹੀਂ ਮੈਂ ਨਾ ਕੁਝ ਜੇ ਸੁਣਨਾ ਹੀ ਆ ਤਾਂ ਮੈਂ ਕੁਝ ਬੀਟ ਸੌਂਗਸ ਸੁਣਾ ਜਿਹਦੇ ਨਾਲ ਥੋੜਾ ਜਿਹਾ ਮੇਰਾ ਮਾਈਂਡ ਨਾ ਰਿਲੈਕਸ ਤੇ ਉਸ ਹਿਸਾਬ ਨਾਲ ਮੈਂ ਜਦੋਂ ਦਲਜੀਤ ਜੀ ਦੇ ਗਾਣੇ ਸੁਣਦੀ ਸੀ ਤਾਂ ਮੈਨੂੰ ਬੜੇ ਅੱਛੇ ਲੱਗਦੇ ਸੀ ਤੇ ਦਲਜੀਤ ਜੀ ਨੂੰ ਕਾਫੀ ਅੱਛੇ ਗਾਣੇ ਵੀਤ ਨੇ ਦਿੱਤੇ ਹੋਏ ਸੀ ਤੇ ਬਸ ਉਹ ਕਿਤੇ ਮੇਰੇ ਮਾਈਂਡ ਦੇ ਵਿੱਚ ਸਟਕ ਕਰ ਗਿਆ ਕਿ ਵੀਤ ਬਲ ਜਾਈ ਹਾਲਾਂਕਿ ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਮੇਰੇ ਇੰਨੀ ਨਜ਼ਦੀਕ ਬਟ ਉਹ ਮੇਰੇ ਸਟਕ ਆ ਕਿਤੇ ਮਾਈਂਡ ਦੇ ਵਿੱਚ ਕਿ ਨਹੀਂ ਮੈਂ ਵੀ ਬਲਜੀਤ ਤੋਂ ਗਾਣਾ ਲੈਣਾ ਮੈਂ ਬੀਟ Song ਗਾਣਾ ਮੈਂ ਆਪਣੀ ਆਡੀਅנס ਨੂੰ ਬੀਟ Song ਦੇਣਾ Okay ਜੇ ਤੁਸੀਂ ਦੱਸ ਰਿਹਾ ਹੈ ਨਾ ਕਿ ਪੂਰਾ ਦਿਨ क्राइम ਦੇ ਨਾਲ ਤੁਹਾਡਾ ਹੈ ਨਾ ਰਹਿੰਦਾ ਹੈ ਕਿ ਕਦੀ ਕੋਈ ਕਾਲ ਆ ਰਹੀ ਹੁਣ ਵੀ ਅਸੀਂ ਦੇਖ ਰਹੇ ਸੀ ਤੁਹਾਨੂੰ ਕਾਲ ਆਈ ਹੋਈ ਸੀ ਹੈ ਨਾ ਕਿ ਗੱਲ ਇਹੀ ਚੱਲਦੀ ਰਹਿੰਦੀ ਹੈ ਤੁਹਾਡੀ ਜੌਬ ਐਵੇਂ ਦੀ ਹੈ ਹੈ ਨਾ ਕਦੀ ਬਟ ਫਿਰ ਵੀ ਮੈਂ ਇੱਕ ਚੀਜ਼ ਨੋਟਿਸ ਕੀਤੀ ਤੁਸੀਂ ਬਹੁਤ ਨਾ ਖੁਸ਼ ਰਹਿਣ ਵਾਲੇ ਪਰਸਨ ਹੋ ਹੈਨਾ ਜਦੋਂ ਅਸੀਂ ਫਸਟ ਟਾਈਮ ਹੀ ਗੱਲ ਕੀਤੀ ਸੀ ਕਾਲ ਤੇ ਮੈਨੂੰ ਲੱਗਿਆ ਹੀ ਨਹੀਂ ਕਿ ਆਪਾਂ ਫਸਟ ਟਾਈਮ ਗੱਲ ਕਰ ਰਹੇ ਆ ਤੇ ਤੁਸੀਂ ਇੰਨੇ ਲਾਈਵਲੀ ਜਿਵੇਂ ਰਹਿ ਰਹੇ ਲੈਂਦੇ ਹੋ ਨੀਹਾ ਮੈਨੂੰ ਅੱਜਕੱਲ ਨਾ ਤੁਸੀਂ ਜਦੋਂ ਆਪਾਂ ਨਿਕਲਦੇ ਆ ਨਾ ਤਾਂ ਆਪਾਂ ਦੇਖਾਂਗੇ ਕਿ ਹਰ ਕੋਈ ਕਹਿੰਦਾ ਮੈਂ ਸਟ्रेस ਮੈਨੇਜ ਕਰ ਰਿਹਾ ਮੈਂ ਸਟ्रेस ਮੈਨੇਜ ਕਰ ਮੈਂ ਅੰਡਰ ਸਟ्रेस ਆ ਮੈਂ ਅੰਡਰ ਸਟ्रेस ਆ ਮੈਂ ਸੋਚਦੀ ਹੁੰਦੀ ਆ ਕਿ ਕਾਹਦਾ ਸਟ्रेस ਹੈ ਅਗਰ ਤੁਹਾਡਾ ਵਰਕ ਤੁਹਾਨੂੰ ਸਟ्रेस ਦੇ ਰਿਹਾ ਕੀ ਤੁਹਾਡੇ ਕੋਲ ਅਗਰ ਜੌਬ ਨਹੀਂ ਹੋਏਗੀ ਤਾਂ ਤੁਸੀਂ ਖੁਸ਼ ਹੋਵੋਗੇ ਤੁਸੀਂ ਮੈਂ ਲੋਕਾਂ ਨੂੰ ਕਹਿੰਦ ਹੁੰਦੀ ਆ ਮੇਰਾ ਜੌਬ ਤਾਂ ਬਹੁਤ ਸਟ्रेसਫੁੱਲ ਜੌਬ ਐ ਮੇਰੀ ਜੌਬ ਬਹੁਤ ਸਟ्रेसਫੁੱਲ ਜੌਬ ਐ ਅਗਰ ਤੁਹਾਡੇ ਕੋਲ ਜੌਬ ਨਹੀਂ ਹੋਏਗੀ ਤਾਂ ਤੁਹਾਨੂੰ ਤੁਸੀਂ ਖੁਸ਼ ਹੋਵੋਗੇ ਨਹੀਂ ਤੁਸੀਂ ਖੁਸ਼ ਨਹੀਂ ਹੋਵੋਗੇ ਹਨਾ ਤੇ ਤੁਸੀਂ ਵੈਸੇ 10 ਚੀਜ਼ਾਂ ਨੂੰ ਇਲਜ਼ਾਮ ਦਿੰਦੇ ਹੋ ਮੈਨੂੰ ਆਹ ਚੀਜ਼ ਸਟ्रेस ਦੇ ਰਹੀ ਆ ਮੈਨੂੰ ਆਹ ਚੀਜ਼ ਸਟ्रेस ਦੇ ਰਹੀ ਆ ਮੈਂ ਬਿਜ਼ੀ ਆ ਮੈਂ ਸਟ্রেਸਡ ਆ ਅਗਰ ਉਹ ਤੁਸੀਂ ਆਪਣੀ ਲਾਈਫ ਦੇ ਵਿੱਚ ਬਿਜ਼ੀ ਨਹੀਂ ਹੋਵੋਗੇ ਤਾਂ ਤੁਸੀਂ ਖੁਸ਼ ਹੋਵੋਗੇ ਨਹੀਂ ਤੁਸੀਂ ਖੁਸ਼ ਉਦੋਂ ਹੋਵੋਗੇ when you have the steering of this in your own hand ਜਦੋਂ ਤੁਸੀਂ ਹਨੂੰ ਪਤਾ ਹੈ ਕਿ ਮੈਂ ਕੀ ਚਾਹਨੀ ਆ ਮੈਂ ਕੀ ਕਰਨਾ ਹੈ ਮੈਨੂੰ ਕੀ ਚਾਹੀਦਾ ਮੈਨੂੰ ਕਈ ਲੋਕ ਕਹਿੰਦੇ ਆ ਕਿ ਇਨ ਦਿਸ ਏਜ ਨਾਊ ਯੂ ਆਰ ਕਮਿੰਗ ਬੈਕ ਯੂ ਆਰ ਮਤਲਬ ਇੱਕ ਬਿਲਕੁਲ ਨਵੀਂ ਲਾਈਨ ਨੂੰ ਤੁਸੀਂ ਮੈਂ ਕਹਿੰਨੀ ਆ ਦਿਸ ਇਜ਼ ਮਾਈ ਲਾਈਫ ਮੈਂ ਜੋ ਜਦੋਂ ਮਰਜ਼ੀ ਕਰਾਂ ਯੈਸ ਦਿਸ ਇਜ਼ ਮਾਈ ਲਾਈਫ ਦਿਸ ਇਜ਼ ਮਾਈ ਲਾਈਫ ਕਲॉक ਇਹਨੂੰ ਮੈਂ ਸੈੱਟ ਕਰਾਂਗੀ ਇਹਦਾ ਟਾਈਮ ਇਹਦਾ ਟਾਈਮ ਸੈੱਟ ਕਰਨ ਦਾ ਮੈਂ ਅਧਿਕਾਰ ਕਿਸੇ ਨੂੰ ਨਹੀਂ ਦਿੰਦਾ ਮੇਰੀ ਲਾਈਫ ਦਾ ਸਟੀਅਰਿੰਗ ਹੈ ਮੇਰੇ ਹੱਥ ਵਿੱਚ ਹੈ ਮੈਨੂੰ ਪਤਾ ਹੈ ਮੈਂ ਕੀ ਕਰ ਰਹੀ ਹਾਂ ਬਸ ਮੈਨੂੰ ਇੰਨਾ ਪਤਾ ਹੋਣਾ ਚਾਹੀਦਾ ਹੈ ਮੈਨੂੰ ਕਨਫਰਮ ਹੋਣੀ ਚਾਹੀਦੀ ਹੈ ਕਿ ਮੈਂ ਜੋ ਕਰ ਰਹੀ ਹਾਂ ਉਹ ਠੀਕ ਕਰ ਰਹੀ ਹਾਂ ਔਰ ਜਦੋਂ ਤੁਸੀਂ ਇਸ ਸੈਟੀਸਫੈਕਸ਼ਨ ਨਾਲ ਆਪਣੀ ਲਾਈਫ 'ਚ ਅੱਗੇ ਵਧਦੇ ਹੋ ਕਿ ਮੈਂ ਜੋ ਕਰ ਰਹੀ ਹਾਂ ਮੈਂ ਠੀਕ ਕਰ ਰਹੀ ਹਾਂ ਮੈਂ ਆਪਣੇ ਵੱਲੋਂ 100% ਦੇ ਕੇ ਕਰ ਰਹੀ ਹਾਂ ਨਹੀਂ ਤਾਂ ਤੁਸੀਂ 100% ਖੁਸ਼ ਰਹੋਗੇ ਇਹ ਰਾਜ਼ ਹੈ ਯੈਸ ਦਿਸ ਇਜ਼ ਦਾ ਇਹ ਵਾਕਈ ਇਹੀ ਰਾਜ਼ ਹੈ ਲੋਕੀ ਆਪਣੀ ਲਾਈਫ ਨੂੰ ਨਾ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਚਾਹੀਦਾ ਕੀ ਹੈ ਮੈਂ ਕਰ ਕੀ ਰਹੀ ਆਂ ਮੈਨੂੰ ਲਾਈਫ ਤੋਂ ਮੈਨੂੰ ਚਾਹੀਦਾ ਕੀ ਹੈ ਔਰ ਮੈਂ ਕੀ ਕਿਸ ਪਾਸੇ ਜਾਣਾ ਹੈ ਫਿਰ ਉਹ ਸਟ्रेसਫੁੱਲ ਹੋ ਜਾਂਦੇ ਹਨ ਉਹ ਪਟਕ ਜਾਂਦੇ ਹਨ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਨੂੰ ਆ ਚਾਹੀਦਾ ਦਸ ਇਸ ਮਾਈ ਗੋਲ ਮੈਂ ਫਿਕਸ ਕਰ ਲਿਆ ਮੈਨੂੰ ਇਹ ਚਾਹੀਦਾ ਔਰ ਹੁਣ ਮੈਂ ਇਹਦੇ ਲਈ ਐਫਰਟ ਕਿਸ ਤਰ੍ਹਾਂ ਕਰਨਾ ਹੈ ਔਰ ਤੁਹਾਨੂੰ ਸੇ ਕਨਫਰਮ ਹੋਣੇ ਚਾਹੀਦੇ ਹੋ ਕਿ ਜਦੋਂ ਮੈਂ ਇਹਦੇ ਵੱਲ ਵਧ ਰਿਹਾ ਮੈਂ 100% ਐਕੂਰੇਸੀ ਨਾਲ ਵਧ ਰਿਹਾ ਤੁਸੀਂ ਹਮੇਸ਼ਾ ਖੁਸ਼ ਰਹੋਗੇ ਚਾਹੇ ਉਹ ਛੋਟੇ ਕੰਮ ਨੇ ਚਾਹੇ ਵੱਡੇ ਕੰਮ ਤੇ ਮੈਂ ਛੋਟੇ ਛੋਟੇ ਕਰਦੀ ਹਾਂ ਬੜੀ ਐਕੂਰੇਸੀ ਨਾਲ ਬਡੇ ਬਡੇ ਨਹੀਂ ਕਰਦੀ ਮੈਂ ਬਡੇ ਬਡੇ ਮੈਂ ਮਨਿਸਟਰਸ ਤੇ ਛੱਡੇ ਹੋਇਆ ਮੈਂ ਤੁਸੀ ਕਰੋ ਤੁਸੀ ਕਰੋ ਮੈਂ ਆਪਣਾ ਕੰਮ ਕਰ ਰਹੀ ਹਾਂ ਮੈਂ ਤਾਂ ਛੋਟੇ ਛੋਟੇ ਕਰਦੀ ਹਾਂ ਪਰ ਬੜੀ ਐਕਿਊਰੇਸੀ ਨਾਲ ਤੁਸੀਂ ਸਟਾਇਰ ਵੀ ਬਹੁਤ ਵਧੀਆ ਹੈ ਨਾ ਕਰਦੇ ਹੁਣ ਵੀ ਕਰਦੇ ਹੋ ਪਹਿਲਾਂ ਤਾਂ ਕਰਦੇ ਹੀ ਕਰਦੇ ਸੀਗੇ ਨਾ ਜਦੋਂ ਤੁਹਾਡਾ ਛਣਕਾਟਾ ਚੱਲਦਾ ਹੁੰਦਾ ਸੀਗਾ ਸੋ ਉਸ ਵੇਲੇ ਜਦੋਂ ਤੁਸੀਂ ਛਣਕਾਟੇ ਨੂੰ ਜੁਆਇਨ ਕੀਤਾ ਸੀ ਤੇ ਅਦੋਂ ਰਿਲੇਟਿਵਸ ਦੇ ਸਭ ਤੋਂ ਪਹਿਲੇ ਤਾਂ ਜਾਨਣਾ ਚਾਹੂੰਗੀ ਉਹਨਾਂ ਦੇ ਕੀ ਰਿਐਕਸ਼ਨ ਹੁੰਦੇ ਸੀ ਕੀ ਬੋਲਦੇ ਹੁੰਦੇ ਸੀ ਕੀ ਕਮੈਂਟਸ ਹੁੰਦੇ ਸੀ ਯਾਰ ਪਤਾ ਹੈ ਕਿ ਬਿਲਕੁਲ ਮੇਰੀ ਆਰਡੀਨਰੀ ਫੈਮਿਲੀ ਸੀ ਮੇਰੇ ਫਾਦਰ ਐਡਵੋਕੇਟ ਸੀ ਹੈ ਨਾ ਤੇ ਜਦ ਮੇਰੇ ਮਦਰ ਮੇਰੇ ਮਦਰ ਨੂੰ ਬੜਾ ਸ਼ੌਕ ਹੁੰਦਾ ਸੀ ਐਕਚੁਅਲੀ ਪਤਾ ਹੈ ਕੀ ਪ੍ਰੋਬਲਮ ਸੀਗੀ ਕਿ ਮੈਂ ਆਪਣੇ ਪੂਰੀ ਫੈਮਿਲੀ ਦੀਆਂ ਕੁੜੀਆਂ ਮੇ ਸਾਡੀ ਫੈਮਿਲੀ 'ਚ ਨਾ ਬੜੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਨੇ ਹਨਾ ਜਿਹੜੇ ਬਿਲਕੁਲ ਕੋਈ ਸ਼ੱਕ ਵੀ ਨਹੀਂ ਹੈ ਮਦਰ ओरिजिनल ਸਟੋਰੀ ਦੱਸਦੀ ਹਾਂ ਜਦੋਂ ਮੈਂ ਪੈਦਾ ਹੋਈ ਸੀ ਨਾ ਮੈਂ ਬੜੀ ਕਾਲੀ ਕਲੁੱਟੀ ਤੇ ਬੈਂਗਰ ਲੁੱਟੀ ਬਾਏ ਗਾਡ ਐਂਡ ਮੈਂ ਨਾ ਕਰਦੀ ਦੂਸਰੀ ਬੇਟੀ ਸੀ ਤੇ ਮੇਰੇ ਫਾਦਰ ਨਾ ਜਦੋਂ ਮੈਂ ਮੇਰੇ ਮਦਰ ਮੈਨੂੰ ਐਕਸਪੈਕਟ ਕਰ ਰਹੇ ਸੀ ਉਦੋਂ ਇਹ ਤਾਂ ਪਤਾ ਨਹੀਂ ਸੀ ਲੱਗਾ ਹੁੰਦਾ ਕਿ ਲੜਕਾ ਹੈ ਕਿ ਲੜਕੀ ਹੈ ਤੇ ਮੇਰੇ ਫਾਦਰ ਕਹਿੰਦੇ ਵੀ ਮੈਂ ਹਾਲੇ ਦੂਸਰਾ ਬੱਚਾ ਨਹੀਂ ਅਫੋਰਡ ਕਰਦਾ ਤੇ ਆਪਾਂ ਦੂਸਰਾ ਬੱਚਾ ਨਹੀਂ ਕਰਨਾ ਤੇ ਮੇਰੇ ਦਾਦੀ ਜੀ ਕਹਿੰਦੇ ਲੈ ਜੇ ਮੁੰਡਾ ਹੋਇਆ ਹਨਾ ਉਹ ਜੇ ਮੁੰਡਾ ਹੋਇਆ ਤੇ ਚੱਕਰ ਚ ਆ ਗਈ ਕੁੜੀ ਹਨਾ ਔਰ ਕੁੜੀ ਵੀ ਇੰਨੀ ਭਿਆਨਕ ਮਤਲਬ ਮੈਨੀ ਕਾਲੀ ਸੀ ਤੇ ਸਾਡੇ ਘਰ ਤਾਂ ਮਾਤਮ ਹੀ ਪੈ ਗਿਆ ਹਨਾ ਤੇ ਮੇਰੇ ਮਦਰ ਨਾਲ ਸ਼ੁਰੂ ਤੋਂ ਹੀ ਉਹ ਮੇਰੀ ਜਿਹੜੀ ਮਾਸੀ ਆਵੇ ਜਿਹੜੀ ਕੋਈ ਆਵੇ ਉਹ ਕਹੇ ਹਾਏ ਨਹੀਂ ਤੇਰੀ ਕੁੜੀ ਹਾਏ ਨਹੀਂ ਤੇਰੀ ਕੁੜੀ ਉਹ ਮੇਰੇ ਮਦਰ ਦੇ ਨਾਲ ਮਾਈਂਡਸ ਕਿਤੇ ਕੰਪਲੈਕਸ ਬੈਠ ਗਿਆ ਮੈਨੂੰ ਲੈ ਕੇ ਉਹ ਇੰਨੇ ਕੌਨਸ਼ੀਅਸ ਹੋ ਗਏ ਮੈਨੂੰ ਲੈ ਕੇ ਕਿ ਜਦੋਂ ਮੈਂ 10th ਕਲੀਅਰ ਕੀਤੀ ਉਸ ਤੋਂ ਬਾਅਦ ਮਤਲਬ ਉਹਨਾਂ ਨੂੰ ਐ ਲੱਗਦਾ ਸੀ ਕਿ ਮੈਂ ਇਹਨੂੰ ਹਰ ਇਵੈਂਟ ਚ ਪਾਰਟਿਸਿਪੇਟ ਕਰਾਵਾਂ ਵੀ ਮੇਰੀ ਬੇਟੀ ਨੂੰ ਕੋਈ ਇਹ ਨਾ ਕਹਿ ਸਕੇ ਕਿ ਹਾਂ ਜੀ ਇਹ ਕਿਸੇ ਤੋਂ ਘੱਟ ਹੈ ਖਾਨਦਾਨ ਦੀਆਂ ਹੋਰ ਕੁੜੀਆਂ ਤੋਂ ਕਿਉਂਕਿ ਉਹ ਇੰਨੀਆਂ ਗੋਰੀਆਂ ਗੁਰੀਆਂ ਚਿੱਟੀਆਂ ਚਿੱਟੀਆਂ ਲੰਬੇ ਲੰਬੇ ਬਾਲ ਸੋਹਣੀਆਂ ਸੋਹਣੀਆਂ ਮਲੂਕ ਮਲੂਕ ਜੀਆਂ ਤੇ ਮੈਂ ਹਨਾ ਲਾਈਕ ਯੂ ਕੈਨ ਚਲੋ ਤੇ ਉਹ ਨਾ ਮੇਰੇ ਮਦਰ ਦੇ ਮਨ ਦੇ ਵਿੱਚ ਆ ਸੀਗਾ ਕਿ ਮੈਂ ਉਹ ਸ਼ਾਇਦ ਮੈਨੂੰ ਨਾ ਪ੍ਰੂਫ ਕਰਨ ਦੇ ਚੱਕਰ ਦੇ ਵਿੱਚ ਪੈ ਗਏ ਕਿ ਹਾਂ ਮੈਂ ਤਾਂ ਆਪਣੀ ਬੇਟੀ ਨੂੰ ਪ੍ਰੂਫ ਕਰਾਂ ਤੇ ਉਹ ਮੈਨੂੰ ਪਾਰਟਿਸਪੇਟ ਕਰਵਾਉਂਦੇ ਸੀ ਕਰਦੇ ਸੀ ਹਨਾ ਤੇ ਬਸ ਉਸ ਤੋਂ ਬਾਅਦ ਜਦੋਂ ਅ ਚਲਦੇ ਚਲਦੇ ਉਦੋਂ ਵੀ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਆਬਜੈਕਸ਼ਨਸ ਹੁੰਦੀਆਂ ਸੀ ਉਹ ਕਹਿੰਦੇ ਸੋ ਲੈ ਅੱਗੇ ਕਮ ਫੜਿਆ ਕਦੀ ਉਹਨੂੰ ਮਿਸ ਪੰਜਾਬ ਬੰਦ ਸਟੇਜ ਤੇ ਛਡਾ ਦਿੱਤੀ ਕਦੀ ਮਿਸ ਪੰਜਾਬ ਦੇ ਸਟੇਜ ਚਲੋ ਜਦੋਂ ਮੈਂ ਟਾਈਟਲ ਲੈ ਕੇ ਆ ਜਾਂਦੀ ਸੀ ਫਿਰ ਚੁੱਪ ਕਰ ਜਾਂਦੇ ਸੀ ਹਨਾ ਕਿ ਜਦੋਂ ਵੰਜਾਰਨ ਵਾਲਾ ਡਾਂਸ ਆਇਆ ਸਾਡੇ ਗਾਂ ਓਏ 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 ਬੱਸ 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 ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹਨਾ ਤੇ ਇਹਨੂੰ ਪੜਾ ਲਓ ਇਹਨੂੰ ਵਿਆਹਣਾ ਹੈ ਇਹਨੂੰ ਕਰਨਾ ਮਤਲਬ ਲਾਈਕ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਸੀ ਫਿਰ ਜਦੋਂ ਛਣਕਾਟੇ ਦੀ ਗੱਲ ਆਈ ਔਰ ਛਣਕਾਟੇ ਦੀ ਕੈਸਟ ਤੇ ਤੁਹਾਨੂੰ ਪਤਾ ਹੈ ਕਿ ਗਲੀ ਗਲੀ ਖੁੰਝੇ ਖੁੰਝ ਜ ਵਜਦੀ ਹੁੰਦੀ ਸੀ ਔਰ ਉੱਚੀ ਉੱਚੀ ਵਜਦੀ ਹੁੰਦੀ ਸੀ ਟਾਬਿਆਂ ਤੇ ਵਜਦੀ ਹੁੰਦੀ ਸੀ ਹਰ ਦਿਨੀ ਹਾਂ ਦਿੱਲੀ ਵਾਲ ਤੁਸੀਂ ਜਾਣਦੇ ਸੀ ਸਾਰੀ ਟਾਬਿਆਂ ਤੇ ਨਾ ਇਹਦੀ ਕਸਟ ਵਜਦੀ ਸੀ ਤੇ ਉਹ ਜਦੋਂ ਮੇਰੇ ਮਦਰ ਨੂੰ ਆਫਰ ਆਈ ਹਨਾ ਤੇ ਮੇਰੇ ਮਦਰ ਦਾ ਤਾਂ ਮਨ ਕਰੇ ਕਿ ਮੇਰੀ ਬੱਚੀ ਨੂੰ ਮਿਲ ਰਿਹਾ ਹਨਾ ਤੇ ਮੇਰੇ ਫਾਦਰ ਕਹਿਣ ਕਿ ਨਹੀਂ 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 ਇਸ ਤਰ੍ਹਾਂ ਕਿਸ ਤਰ੍ਹਾਂ ਹਨਾ ਫਿਰ ਚਲੋ ਅਸੀਂ ਜਸਵਿੰਦਰ ਨੇ ਬਾਲ ਮੁਕੰਦ ਨੇ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਪਾਪਾ ਨੂੰ ਥੋੜਾ ਜਿਹਾ ਸਮਝਾਇਆ ਕਿ ਨਹੀਂ ਹਨਾ ਉਸ ਤੋਂ ਪਹਿਲਾਂ ਮੈਂ ਲਿਸ਼ਕਾਰਾ ਪ੍ਰੋਗਰਾਮ ਕਰ ਰਹੀ ਸੀ ਜਸਵਿੰਦਰ ਬਾਲ ਮੁਕੰਦ ਨਾਲ ਤੇ ਫਿਰ ਮੇਰੇ ਫਾਦਰ ਨੇ ਕਿਹਾ ਕਿ ਪਹਿਲਾਂ ਸਕ੍ਰਿਪਟ ਮੈਂ ਪੜ੍ਹਾਂਗਾ ਅੱਛਾ ਕਿ ਕੋਈ ਅਸਟਰਨ ਦੀ ਗੱਲਬਾਤ ਨਾ ਹੋਵੇ ਚਲੋ ਉਹਨਾਂ ਨੇ ਅਪਰੂਵ ਕੀਤਾ ਛਣਕਾਟਾ ਆ ਗਿਆ ਪਰ ਜਦੋਂ ਫਰਸਟ ਛਣਕਾਟਾ ਸੀ ਤਿੰਨਾਂ ਨੇ ਕੀਤਾ ਉਹ ਤਾਂ ਲੋਕਾਂ ਨੇ ਐ ਹੱਥੋਂ ਹੱਥ ਚੱਕਿਆ ਇੰਨਾ ਪਿਆਰ ਦਿੱਤਾ ਮਤਲਬ ਉਸ ਤੋਂ ਬਾਅਦ ਤਾਂ ਫਿਰ ਵਾਪਸੀ ਨਹੀਂ ਰਹਿ ਜਾਂਦੀ ਨੇ ਹਾਂ ਫਿਰ ਤੁਸੀਂ ਆਡੀਅנס ਦੇ ਹੋ ਜਾਂਦੇ ਹੋ ਬਿਲਕੁਲ ਤੁਸੀਂ ਫਿਰ ਆਪਣੀ ਜਿਹੜੀ ਤੁਹਾਡਾ ਤੁਸੀਂ ਪਰਸਨਲ ਨਹੀਂ ਤੁਹਾਡਾ ਕੁਝ ਵੀ ਰਹਿ ਜਾਂਦਾ ਫਿਰ ਤੁਹਾਡਾ ਸਭ ਕੁਝ ਆਡੀਅנס ਨਾਲ ਸਾਂਝਾ ਹੋ ਜਾਂਦਾ ਫਿਰ ਜੋ ਜਿਸ ਤਰ੍ਹਾਂ ਆਡੀਅנס ਤੁਹਾਡੀ ਤੁਹਾਨੂੰ ਚਾਹਦੀ ਹੈ ਤੁਹਾਨੂੰ ਉਸ ਤਰ੍ਹਾਂ ਉਹਨਾਂ ਦੇ ਅੱਗੇ ਪੇਸ਼ ਹੋਣਾ ਪੈਂਦਾ ਔਰ ਉਹ ਸਮਾਂ ਸੀਗਾ ਹੈਨਾ ਬਸ ਦਾ ਸਟਾਰਟਿੰਗ ਜਦੋਂ ਮਿਸ ਪੰਜਾਬ ਮਿਸ ਪੰਜਾਬ ਬੰਦੇ ਤੁਸੀਂ ਇਹ ਜਿਹੜੇ ਇਨਾਮ ਜਿੱਤੇ ਸੀ ਆਪਣੇ ਹੈਨਾ ਬਹੁਤ ਟਾਈਟਲ ਜਿੱਤ ਕੇ ਤੁਸੀਂ ਇੱਕ ਵਧੀਆ ਹੈਨਾ ਆਪਣੇ ਨੇ ਆਲਰੇਡੀ ਬਣਾ ਚੁੱਕੇ ਸੀ ਇੱਕ ਪਹਿਚਾਨ ਤੁਸੀਂ ਬਣਾ ਚੁੱਕੇ ਸੀ ਬਟ ਉਸ ਤੋਂ ਬਾਅਦ ਛਣਕਾਟੇ ਨੇ ਇੱਕ ਨੈਕਸਟ ਲੈਵਲ ਤੇ ਤੁਹਾਨੂੰ ਪੁਜਾਇਆ ਛਣਕਾਟੇ ਨੇ ਤੇ ਮੈਨੂੰ ਇੰਨਾ ਪਿਆਰ ਦਵਾਇਆ ਆਡੀਅנס ਦਾ ਮਤਲਬ ਛਣਕਾਟਾ ਤਾਂ ਮੇਰਾ ਮੇਰੀ ਰੂਚ ਵਸਦਾ ਮਤਲਬ ਛਣਕਾਟੇ ਨੂੰ ਤਾਂ ਮੈਂ ਲੋਕੀ ਮੈਨੂੰ ਕਹਿੰਦੇ ਆ ਜੀ ਵੰਜਾਰਣ ਕੁੜੀ ਵੰਜਾਰਣ ਕੁੜੀ ਮੈਂ ਕਹਿੰਨੀ ਆ ਨਹੀਂ ਮੈਂ ਛਣਕਾਟੇ ਵਾਲੀ ਨਹੀਂ ਅਰੇ ਤੁਹਾਡੀ ਸ਼ਨਗਾਟੀ ਦੀ ਇੱਕ ਵੀਡੀਓ ਸੀ ਜਿਹਦੇ ਵਿੱਚ ਤੁਸੀਂ ਜਸਵਿੰਦਰ ਪੱਲੇ ਗਏ ਤੁਹਾਡੇ ਟੀਚਰਾਂ ਕਰ ਰਹੇ ਸੀ ਕਿ ਵਿਆਹ ਗਈ ਸੀ ਹੈਨਾ ਤੇ ਇਹਦੇ ਘਰ ਵਾਲਿਆਂ ਨੇ ਥੱਪੜ ਮਾਰ ਕੇ ਹੈਨਾ ਤੇ ਆ ਗਈ ਫੜਫੜ ਪੇਕਿਆ ਤੇ ਤੁਸੀਂ ਥੱਪੜ ਮਾਰੇ ਕਿ ਮੈਨੂੰ ਤੇਰੇ ਨਾਲ ਘਟ ਤੋੜਨਾ ਪਿਆਰੇ ਤੇ ਨਾ ਬੰਦ ਪਿਆ ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਮਤਲਬ ਉਹ ਨਾ ਆਪਣੀ ਸਕ੍ਰਿਪਟ ਨੂੰ ਲੈ ਕੇ ਨਾ ਇੰਨੇ ਜ਼ਿਆਦਾ ਫਿਕਸਡ ਹੁੰਦੇ ਸੀ ਨਾ ਕਿ ਆਪਣੀ ਸਕ੍ਰਿਪਟ ਦਾ ਇੱਕ ਅੱਖਰ ਉੱਤੇ ਥੱਲੇ ਨਹੀਂ ਸੀ ਕਰਨ ਦਿੰਦੇ ਉਹ ਮੇਰੇ ਵਿਆਹ ਤੋਂ ਬਾਅਦ ਕੋਈ ਇੰਪਰੋਵਾਈਜ਼ੇਸ਼ਨ ਨਹੀਂ ਜੀ ਨਾ ਤੁਸੀਂ ਬਿੰਤਾਂ ਕਢ ਲਓ ਉਹਨਾਂ ਦੀਆਂ ਵੇਹਾ ਤਾਂ ਪਹਿਲਾਂ ਬਾਤ ਪਹਿਲਾ ਛਣਗਾਟਾ ਆਗੇ ਮੇਰੇ ਘਰ ਮੇਰੇ ਸਹਰਿਆਂ ਦੇ ਘਰ ਮੈਂ ਜੁਆਇੰਟ ਫੈਮਿਲੀ ਚ ਰਹਿਨੀ ਆ ਹਨਾ ਮੇਰੇ ਸਕ੍ਰਿਪਟ ਸੁਣਾਉਣ ਆਗੇ ਅੱਛਾ ਇਹ ਇਹ ਹਾਂ ਹਾਂ ਤੇ ਇੱਕ ਜੋ ਕਹਿਣਾ ਤੇ ਦੋ ਮੇਰੀ ਸੱਸ ਤੇ ਉਹ ਮੈਂ ਸੁਣਾਈ ਜਨ ਮੇਰੇ ਤਾਂ ਰਾਂਗ ਗੁੱਡਨ ਮੈਂ ਕਹਾਂ ਹਾਏ ਹਾਏ ਤੇ ਕਢਾ ਕੇ ਜਾਣਗੇ ਅੱਜ ਨਹੀਂ ਮੈਂ ਤੇ ਰਹਿੰਦੀ ਤੇ ਮੈਂ ਇਹਨਾਂ ਨੂੰ ਕਰਾਂ ਵੀ ਨਾ ਨਾ ਚੁੱਪ 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 ਹਨਾ ਤੇ ਜਦੋਂ ਥੋੜਾ ਜਿਹਾ ਉੱਠ ਕੇ ਸਾਰੇ ਚਾਹ ਪਾਣੀ ਜਾ ਲੈਣਗੇ ਮੈਂ ਕਿਹਾ ਤੁਹਾਨੂੰ ਦਿਮਾਗ ਖਰਾਬਵਾਂਗਾ ਮੈਨੂੰ ਕਢਾਣਾ ਹੈ ਉਹ ਸਹਰਿਆਂ ਚੋਂ ਇਹ ਕਟੋ ਸਕ੍ਰਿਪਟ ਨਹੀਂ ਨਹੀਂ ਕਹਿੰਦਾ ਰੁਕੋ ਮੈਂ ਬਣਾਉਣਾ ਕਹਿੰ ਚਲੇ ਗਈ ਜੀ ਮੇਰੇ ਮਦਰ ਇਨ ਲਾ ਕੁਨ ਆਂਟੀ ਤੁਹਾਡੇ ਤੇ ਵੀ ਲਿਖਿਆ ਅੱਜ ਦੇਖੋ ਨਾ ਇਹ ਨਾ ਸੋਚੋ ਵੀ ਇਦਾਂ ਲਿਖਿਆ ਇੰਤਾ ਹੀ ਲੋਕਾਂ ਨੇ ਹਸਣਾ ਇੰਤਾ ਹੀ ਲੋਕਾਂ ਨੂੰ ਹਾਸਾ ਆਣਾ ਬਾਈ ਉਹਨਾਂ ਨੂੰ ਮਨਾ ਮਨੂ ਕਿ ਇਹਨਾਂ ਨੇ ਉਹ ਸੋਹਰਾ ਛਣਕਾਟਾ ਬਣਾ ਲਿਆ ਮਤਲਬ ਤੁਸੀਂ ਉਹ ਇਨਸਾਨ ਜੋ ਸੋਚ ਲੈਂਦੇ ਆ ਨਾ ਮਤਲਬ ਜੋ ਜਸਵਿੰਦਰ ਸੋਚ ਲੈਂਦੇ ਆ ਉਹਨੂੰ ਉਹ ਕਦੀ ਚੇਂਜ ਨਹੀਂ ਕਰਦੇ ਤੇ ਇਹ ਗੱਲ ਉਹਨਾਂ ਦੀ ਮੈਨੂੰ ਮਤਲਬ ਸਭ ਤੋਂ ਜ਼ਿਆਦਾ ਆਪਣੀ ਜ਼ਿੰਦਗੀ ਚੋਂ ਸਮਝ ਆਈ ਜਦੋਂ ਲੋਕੀ ਯਾਰ ਬਾਅਦੋਂ ਸਾਡਾ ਵੀ ਮਸਾਕ ਉਡਾਂਦੇ ਆ ਵੀ ਆਹ ਤੁਸੀਂ ਕੀ ਇਸ ਕੀਤਾ ਸਕਰੀਨ ਤੇ ਪਰ ਹੁਣ ਅਸੀਂ ਕੀ ਕਰੀਏ ਸਾਡੀ ਗੱਡੀ ਦਾ ਡਰਾਈਵਰ ਗੱਡੀ ਉਧਰ ਲੈ ਕੇ ਜਾਣਾ ਚਾਹੁੰਦਾ ਹੈ <laughs> अच्छा करो फिर ਜਦੋਂ ਸਕ੍ਰਿਪਟ ਸੁਣਾ ਰਹੇ ਸੀਗੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਕੀ ਮਾਹੌਲ ਸੀ ਘਰ ਦਾ ਕੁਝ ਵੀ ਨਹੀਂ ਵੈਸੇ ਮੇਰੇ ਹਾਂ ਮੇਰੇ ਇਨ-ਲॉज ਐਕਚੁਅਲੀ ਥੀਰੇ ਚੰਨੇ ਜ਼ਿਆਦਾ ਸਪੋਰਟਿਵ ਸੀ ਮੇਰੇ ਇਨ-ਲॉज ਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਐਕਚੁਅਲੀ ਪਤਾ ਹੈ ਕੀ ਹੁੰਦਾ ਜਦੋਂ ਤੁਹਾਡਾ ਆਪਣਾ ਹਸਬੰਦ ਤੁਹਾਡੇ ਹੱਕ ਵਿੱਚ ਬੋਲਦਾ ਨਾ ਫਿਰ ਸਾਰਾ ਪਰਿਵਾਰ ਨੂੰ ਪਤਾ ਹੁੰਦਾ ਹੈ ਵੀ ਇਹ ਇਸ ਗੱਲ ਤੇ ਹੁਣ ਕੁਝ ਨਹੀਂ ਹੋ ਸਕਦਾ ਤੇ ਨਾਲੇ ਜਸਵਿੰਦਰ ਔਰ ਬਾਲਮੁਕੰਨਾ ਦੋਨੋਂ ਇੰਨੀਆਂ ਪਲੀਜ਼ਿੰਗ ਪਰਸਨੈਲਿਟੀਆਂ ਨੇ ਨਾ ਵੀ ਤੁਸੀਂ ਉਹ ਜਿੱਥੇ ਜਾਂਦੇ ਆ ਨਾ ਉਸ ਮਾਹੌਲ ਨੂੰ ਆਪਣਾ ਬਣਾ ਲੈਂਦੇ ਬਿਲਕੁਲ ਤੇ ਜਿੰਨੀ ਦੇਰ ਤੱਕ ਉਹ ਮੇਰੇ ਘਰ ਬੈਠੇ ਮੇਰੇ ਘਰ ਉਹਨਾਂ ਨੇ ਸਕ੍ਰਿਪਟ ਸੁਣਾਈ। ਉਨੇ ਟਾਈਮ ਦੇ ਵਿੱਚ ਉਹ ਮੇਰੇ ਘਰ ਦਾ ਇੱਕ ਇੱਕ ਬੰਦਾ ਆਪਣਾ ਬਣਾ ਕੇ ਉੱਠੇ ਸੀ। ਹਾਂ ਔਰ ਕਿਸੇ ਨੂੰ ਇਸ ਗੱਲ ਦਾ ਇਤਰਾਜ਼ ਨਹੀਂ ਸੀ। ਉਹ ਕਹਿੰਦੇ ਸੀ ਜੋ ਬੇਟਾ ਕਰ ਰਿਹਾ ਠੀਕ ਹੀ ਕਰ। ਠੀਕ ਹੈ। ਜਦੋਂ ਰਿਲੀਜ਼ ਹੋਈ ਉਹ ਟੇਪ ਫਿਰ ਅਦੋਂ ਨਹੀਂ ਫਿਰ ਉਹ ਹੱਸਦੇ ਸੀ, ਬੱਸਦੇ ਸੀ ਕਿ ਫਿਰ ਉਹ ਹੱਸਦੇ ਸੀ ਦੇਖ-ਦੇਖ ਕੇ ਹਨਾ ਕਿਉਂਕਿ ਮੈਂ ਤੇ ਉਹਨਾਂ ਨੂੰ ਸਾਰਿਆਂ ਨੂੰ ਕਹਤਾ ਸੀ ਵੀ ਮੇਰੀ ਜ਼ਿੰਮੇਵਾਰੀ ਨਹੀਂ ਹੈ। ਤੁਸੀਂ ਉਹਨੇ ਕਟਵਾ ਲਓ ਜੋ ਕਟਵਾਣਾ ਹੈ। ਹਨਾ ਤੇ ਬਟ ਉਹ ਹੱਸਦੇ ਸੀ। ਬਟ ਨੀਹਾ ਐਵੀ ਗੱਲ ਬੜੀ ਹੁੰਦਾ ਹੈ ਕਿ ਕਾਮੇਡੀ ਦੇ ਵਿੱਚ ਕਿ ਜਦ ਤੱਕ ਤੁਸੀਂ ਆਪਣੇ ਆਪ ਤੇ ਨਹੀਂ ਨਾ ਹੱਸੋਗੇ। ਆਪਣਾ ਮਜ਼ਾਕ ਨਹੀਂ ਬਣਾਓਗੇ ਤੁਸੀਂ ਲੋਕਾਂ ਨੂੰ ਨਹੀਂ ਆਸਾ ਸਕਦੇ ਤੁਸੀਂ ਕਹੋ ਜੀ ਮੈਂ ਕਿਸੇ ਹੋਰ ਤੇ ਮਜ਼ਾਕ ਕਰ ਸਕੀ ਤੇ ਲੋਕਾਂ ਨੂੰ ਹਸਾਵਾ ਤੇ ਮੇਰਾ ਤੇ ਕਦੀ ਮਜ਼ਾਕ ਹੀ ਨਾ ਉੜੇ ਤੁਸੀਂ ਦੇਖੋਗੇ ਛਣਕਾਟੇ ਚ ਮੈਨੂੰ ਲੱਗਦਾ ਕਿ ਜਿੰਨਾ ਤਵਾ ਮੇਰਾ ਤੇ ਵਾਲ ਮੁਕੰਦਰ ਲੱਗਿਆ ਹੈ ਮੇਰੇ ਸਾਡੇ ਦਾਦੇ ਮਾਮੇ ਚਾਚੇ ਤਾਏ ਕੋਈ ਛੱਡਿਆ ਨਹੀਂ ਖਾਨਦਾਨ ਦਾ ਬੰਦਾ ਹੈਨਾ ਦਾਦੇ ਵਾਲੇ ਵੀ ਜੇ ਐਸਾ ਨਾ ਉਹ ਜੋ ਸ਼ਰਮਾਈ ਦੇ ਦਾਦਾ ਜੀ ਦੀ ਹੈਨਾ ਉਹ ਕਿਸੇ ਦੀ ਗਵਾਚੀ ਹੋਵੇ ਮੁਰਗੀ ਤੇ ਉਹ ਮਤਲਬ ਅਸੀਂ ਲੈਂਦੇ ਸੀ ਨੂੰ ਕਿਹੜੇ ਮੱਥੇ ਲੈਂਦੇ ਸੀ ਸਾਨੂੰ ਐ ਲੱਗਦਾ ਸੀ ਜਿਦੋਂ ਸਾਡੀ ਆਡੀਅנס ਹਸਬੰਦ ਦੀ ਸੀ ਨਾ ਸਾਨੂੰ ਐ ਲੱਗਦਾ ਸੀ ਸਾਰੇ ਮੁੱਲ ਹਾਂ ਮਿਲ ਗਏ ਆਦਤ ਬਣ ਜਾਂਦੀ ਆਰਟਿਸਟ ਦੀ ਆਰਟਿਸਟ ਆਪਣੀ ਆਡੀਅנס ਦੀ ਖੁਸ਼ੀ ਤੇ ਇਨਾ ਡਿਪੈਂਡ ਕਰਨ ਲੱਗ ਜਾਂਦਾ ਹੈ ਕਿ ਉਹਨੂੰ ਉਸ ਖੁਸ਼ੀ ਚ ਸਾਰਾ ਕੁਝ ਮਿਲਣਾ ਸ਼ੁਰੂ ਹੋ ਜਾਂਦਾ ਆਪਣੀ ਇੱਜ਼ਤ ਬੇਇਜ਼ਤੀ ਸਭ ਉਸ ਖੁਸ਼ੀ ਚ ਮਿਲਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਛੰਕਾੜਾ ਮਤਲਬ ਬੰਨਣਾ ਐਪੀਸੋਡਸ ਅੱਗੇ ਬੰਦ ਹੋਏ ਉਸ ਪਹਿਲੇ ਕਿੰਨਾ ਮਿਸ ਕਰਦੇ ਸੀ ਉਹਨੂੰ ਕਰਦੇ ਸੀ ਮਿਸ ਆਫ ਕੋਰਸ ਕਰਦੇ ਸੀ ਥੋੜਾ ਟਾਈਮ ਚੇਂਜ ਹੋ ਗਿਆ ਸੀ ਪਾਇਰੇਸੀ ਬਹੁਤ ਜ਼ਿਆਦਾ ਹੋ ਗਈ ਸੀ ਪਹਿਲਾਂ ਸੀ ਡੀਜ਼ ਬੰਦੀਆਂ ਸੀ ਕੰਪਨੀ ਦੋ ਪੈਸੇ ਕਮਾਉਂਦੀ ਸੀ ਹਨਾ ਫਿਰ ਪਾਇਰੇਸੀ ਇੰਨੀ ਜ਼ਿਆਦਾ ਹੋ ਗਈ ਫਿਰ ਥੋੜੇ ਟਾਈਮ ਲਈ ਕੰ ਬਿਲਕੁਲ ਬੰਦ ਹੋ ਗਿਆ ਫਿਰ ਇੱਧਰ ਮੇਰੇ ਆਪਣੇ ਬੇਟੇ ਦੋ ਬੇਟੇ ਆ ਮੇਰੇ ਤਾਂ ਮੈਨੂੰ ਇਦਾਂ ਲੱਗਣ ਲੱਗ ਗਿਆ ਕਿ ਦੋ ਬੱਚੇ ਪੈਦਾ ਕਰਨਾ ਔਰ ਉਹਨਾਂ ਦੀ ਪਰਵਰਿਸ਼ ਕਰਨਾ ਹਨਾ ਕਿਉਂਕਿ ਮਦਰ ਜੋ ਸਿਖਾ ਸਕਦੀ ਹੈ ਕਹਿੰਦੇ ਇੱਕ ਮਾਂ ਹੈ ਜੋ ਕਸਰ ਨਹੀਂ ਛੱਡਦੀ ਕਹਿੰਦੇ ਜੋ ਮਾਂ ਸਿਖਾ ਸਕਦੀ ਉਹ ਕੋਈ ਨਹੀਂ ਸਿਖਾ ਸਕਦਾ ਤੇ ਮਾਂ ਹੀ ਪਹਿਲਾ ਗੁਰੂ ਹੈ ਠੀਕ ਹੈ ਨਾ ਤੇ ਜੇ ਉਹੀ ਗੁਰੂ ਬੱਚਿਆਂ ਦੀ ਲਾਈਫ ਚੋਂ ਮਿਸ ਹੋ ਜਾਏਗਾ ਤੇ ਬੱਚੇ ਪਟਕ ਜਾਣਗੇ ਠੀਕ ਹੈ ਨਾ ਤੋਂ ਮੈਨੂੰ ਵੀ ਫਿਰ ਥੋੜਾ ਜਿਹਾ ਐਕਸਟਰਾ ਲੱਗਿਆ ਉਸ ਟਾਈਮ ਤੇ ਆ ਕੇ ਕਿ ਮੈਨੂੰ ਥੋੜਾ ਜਿਹਾ ਸਟਾਪ ਲੈ ਲੈਣਾ ਚਾਹੀਦਾ ਮੈਨੂੰ ਇਦਾਂ ਲੱਗਿਆ ਕਿ ਇਹ ਹੁਕਮ ਹੋਇਆ ਮੇਰੇ ਲਈ ਗੁਰੂ ਮਹਾਰਾਜ ਦਾ ਕਿ ਛਣਕਾਟਾ ਜਿਹੜਾ ਥੋੜੀ ਟਾਈਮ ਲਈ ਬੰਦ ਹੋ ਗਿਆ ਕਿ ਮੈਂ ਆਪਣੇ ਬੱਚਿਆਂ ਵੱਲ ਧਿਆਨ ਦੇਵਾਂ ਤਾਂ ਮੈਂ ਆਪਣੇ ਬੱਚਿਆਂ ਵੱਲ ਥੋੜਾ ਜਿਹਾ ਧਿਆਨ ਦੇਣ ਲੱਗ ਗਈ ਉਸ ਤੋਂ ਬਾਅਦ ਮੇਰੀ ਆਪਣੀ ਜੌਬ ਮੈਂ ਕੰਪੀਟੀਟਿਵ ਇਗਜ਼ਾਮ ਸੀ ਗਏ ਮੈਂ ਉਹਨਾਂ ਨੂੰ ਕਲੀਅਰ ਕੀਤਾ ਮੇਰੀ ਆਪਣੀ ਜੌਬ ਲੱਗ ਗਈ ਤਾਂ ਮੇਰੀ ਆਪਣੀ ਲਾਈਫ ਥੋੜੀ ਜਿੱਧਰ ਬਿਜ਼ੀ ਹੋ ਗਈ ਜਸਵਿੰਦਰ ਜਾ ਕੇ ਫਿਰ ਥੋੜੇ ਜਿਹਾ ਮੂਵੀਜ਼ ਵੱਲ ਬਿਜ਼ੀ ਹੋ ਗਏ ਔਰ ਬਾਲਮੁਕੰਦੀ ਜੌਬ ਇੰਨੀ ਹੈਵੀ ਸੀਟ ਸੀ ਉਹ ਆਪਣੀ ਜੌਬ ਚ ਬਿਜ਼ੀ ਹੋ ਗਏ ਅਸੀਂ ਤਿੰਨੋਂ ਨਾ ਫਿਰ ਆਪਣੀ ਆਪਣੀ ਲਾਈਫਸ ਨੂੰ ਸਮੇਟਣ ਲੱਗ ਗਏ ਥੋੜਾ ਜਿਹਾ ਟਾਈਮ ਲਈ ਤਾਂ ਥੋੜਾ ਜਿਹਾ ਬੰਦ ਹੋ ਗਿਆ ਵੈਸੇ ਅਸੀਂ ਦੁਬਾਰਾ ਸੋਚ ਰਿਹਾ ਕਿ ਚਨਕਾਟਾ ਯੈਸ ਯੈਸ ਯੈ ਜੀ ਤੁਸੀਂ ਰਾਣਾ ਰਣਬੀਰ ਹੁਣ ਨਾਲ ਵੀ ਕੰਮ ਕੀਤਾ ਹੋਇਆ ਹੈ ਹੈਨਾ ਸੋ ਉਹ ਉਹਨਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਉਂਕਿ ਉਹ ਬਹੁਤ ਮੈਂ ਜੇ ਕਵਾਂ ਤੇ ਆਪਣੇ ਆਪ ਦੇ ਵਿੱਚ ਇੱਕ ਸਕੂਲ ਹੈਗੇ ਆ ਉਹ ਹੈਨਾ ਲਿਖਦੇ ਇੰਨਾ ਸੋਹਣਾ ਨੇ ਉਹ ਇੰਨੇ ਅੱਛੇ ਰਾਈਟਰ ਨੇ ਉਹਨਾਂ ਦੇ ਤੁਸੀਂ ਪਲੇਸ ਤੁਸੀਂ ਜਦੋਂ ਕੁਝ ਹੁਣ ਤਾਂ ਬਹੁਤ ਮੀਡੀਆ ਬlesਟ ਹੈ ਕਿ ਤੁਸੀਂ YouTube ਤੇ ਉੱਪਰ ਤੁਸੀਂ ਛੋਟੇ ਛੋਟੇ ਪਲੇਟਫਾਰਮਸ ਦੇ ਉੱਪਰ ਉਹਨਾਂ ਦੀਆਂ ਪਰਫਾਰਮੈਂਸਸ ਦੇਖ ਸਕਦੇ ਹੋ ਔਰ ਪਿਕਚਰਾਂ ਦੇ ਵਿੱਚ ਵੀ ਤੁਸੀਂ ਉਹਨਾਂ ਦੀਆਂ ਪਰਫਾਰਮੈਂਸਸ ਦੇਖੋ ਜਿਵੇਂ ਉਹ ਕਮੇਡੀ ਕਰ ਰਹੇ ਨੇ ਤਾਂ ਕਮੇਡੀ ਕਰ ਰਹੇ ਨੇ ਇੱਕ ਪਿਕਚਰ ਮੈਂ ਉਹਨਾਂ ਦੀ ਦੇਖੀ ਸੀਗੀ ਜਿਹਦੇ ਵਿੱਚ ਉਹ ਮਤਲਬ ਥੋੜੇ ਜਿਹੇ ਸਿੱਧੇ ਜੇ بیٹے ਰੋਲ ਕੀਤਾ ਸੀ ਹਨ ਮੈਨੂੰ ਉਹ ਪਿਕਚਰ ਇੰਨੀ ਅੱਛੀ ਲੱਗੀ ਮੈਂ ਕਦੀ ਲਾਈਫ ਦੇ ਵਿੱਚ ਦੋ ਵਾਰੀ ਪਿਕਚਰ ਨਹੀਂ ਦੇਖੀ ਨੀਹਾ ਮੈਂ ਉਹ ਪਿਕਚਰ ਦੋ ਵਾਰੀ ਦੇਖੀ ਮੈਨੂੰ ਇੰਨੀ ਬਿਹਤਰੀਨ ਪਿਕਚਰ ਲੱਗੀ ਮਤਲਬ ਆਰਟਿਸਟ ਪੰਜਾਬ ਦੇ ਵਿੱਚ ਬੜੇ ਹੁੰਦਾ ਆਰਟਿਸਟ ਨੇ ਔਰ ਰਾਣਾ ਰਣਬੀਰ ਸਿੰਘ ਮਤਲਬ ਉਹਨਾਂ ਵਿੱਚ ਜਿਹੜੇ ਕਿ ਫਰਸਟ ਫਿਊ ਆਰਟਿਸਟਸ ਨੇ ਉਹਨਾਂ ਵਿੱਚ ਉਹਨਾਂ ਦਾ ਨਾਮ ਬੋਲਦਾ ਔਰ ਉਹਨੇ ਹੀ ਉਹ ਤੁਸੀਂ ਉਹਨਾਂ ਕੋਲ ਬੈਠ ਜਾਓ ਉਹਨੇ ਹੀ ਉਹ ਲਾਈਟ ਨੇਚਰ ਨੇ ਤੁਸੀਂ ਉਹਨਾਂ ਕੋਲ ਤੁਸੀਂ ਮੈਨੂੰ ਐਦਾਂ ਲੱਗਦਾ ਕਿ ਤੁਸੀਂ ਪਿੱਛੋਂ ਕੋਈ ਟੈਨਸ਼ਨ ਲੈ ਕੇ ਵੀ ਆਏ ਹੋ ਨਾ 2 ਮਿੰਟ ਆ ਕੇ ਤੁਸੀਂ ਰਾਣਾ ਜੀ ਕੋਲ ਬੈਠ ਜਾਓਗੇ ਤਾਂ ਉਹ ਤੁਸੀਂ ਆਪਣੀ ਟੈਨਸ਼ਨ ਭੁੱਲ ਜਾਓਗੇ ਐਨੇ ਜ਼ਿੰਦਾਦਿਲ ਐਨੇ ਅੱਛੇ ਜਿੰਨੀ ਸੰਜੀਦਗੀ ਉਹਨਾਂ ਦੀ ਕਲਮ ਚ ਬੋਲਦੀ ਹੈ ਉਹਨਾਂ ਹੀ ਉਹ ਇਨਸਾਨ ਜ਼ਿੰਦਾਦਿਲ ਹੈ ਔਰ ਉਹ ਸੁੰਦੇ ਵੀ ਹੈ ਹਰ ਕਿਸੇ ਦੀ ਗੱਲ ਵੱਡੀ ਗੱਲ ਹੈ ਜਿਹੜੇ ਅੱਜ ਮੈਂ ਬੀਨੂ ਢਿੱਲੋਂ ਹੈ ਹਨਾ ਭਗਵਾਨ ਜੀ ਸੀਗੇ ਰਾਣਾ ਸੀਗੇ ਤੇ ਜਸਵਿੰਦਰ ਨੇ ਬਾਲਮਕੰਨ ਨੇ ਏ ਉਸ ਟਾਈਮ ਦੇ ਆਰਟਿਸਟਸ ਨਾ ਮੈਨੂੰ ਐਦਾਂ ਲੱਗਦਾ ਕਿ ਬlesed ਸੀਗੇ ਇਹਨਾਂ ਨੂੰ ਬlesing ਸੀ ਕਿਉਂਕਿ ਮੈਨੂੰ ਲੱਗਦਾ ਜਿਹੜੇ ਇਹਨਾਂ ਦੇ ਬਚਪਨ ਜਿੰਨਾ ਬਚਪਨਾਂ ਚ ਉਹ ਇਹ ਨਿਕਲੇ ਨੇ ਗੁਜ਼ਰੇ ਨੇ ਉਹਨਾਂ ਉਸ ਟਾਈਮ ਦੇ ਵਿੱਚ ਇੰਨੀ ਲਗਜ਼ਰੀ ਨਹੀਂ ਸੀ ਹੁੰਦੀ ਸਾਨੂੰ ਲਾਈਫ ਨਾਲ ਸਟਰਗਲ ਕਰਨਾ ਪੈਂਦਾ ਸੀ ਅਸੀਂ ਲਾਈਫ ਤੇ ਬਹੁਤ ਨਜ਼ਦੀਕ ਹੁੰਦੇ ਸੀ ਜੀ ਠੀਕ ਹੈ ਨਾ ਤੋਂ ਮੈਨੂੰ ਐ ਲੱਗਦਾ ਕਿ ਇਹ ਸਾਰੇ ਬlesed ਆਰਟਿਸਟਸ ਨੇ ਐ ਬlesed ਆਰਟਿਸਟ ਹੀ ਨਹੀਂ ਐ ਬlesed ਇਨਸਾਨ ਨੇ ਬਹੁਤ ਬਿਹਤਰੀਨ ਇਨਸਾਨ ਨੇ ਉਹਨਾਂ ਸਰਕਮਸਟੈਂਸਸ ਨੇ ਇਹਨਾਂ ਦੀਆਂ ਪਰਸਨੈਲਿਟੀਸ ਨੂੰ ਬਹੁਤ ਬਿਹਤਰੀਨ ਬਣਾਇਆ ਔਰ ਮੈਂ ਉਸ ਵਾਸਤੇ ਔਰ ਅੱਜ ਜਿਸ ਮੁਕਾਮ ਤੇ ਸਾਰੇ ਆਰਟਿਸਟ ਬੈਠੇ ਨੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨੀ ਆ ਹੁਣ ਤਾਂ ਭਗਵੰਤ ਜੀ ਸੀਐਮ ਸਾਹਿਬ ਨੇ ਸਾਰੇ ਪੰਜਾਬ ਮਾਈ ਗੋਡ ਯੈਸ ਬਾਏ ਗੋਡ ਔਰ ਅ ਦੇਖੋ ਮੈਂ ਜਦੋਂ ਭਗਵੰਤ ਜੀ ਨੂੰ ਜਦੋਂ ਮੈਂ ਮਿਲੀ ਸੀ ਮੈਂ ਬਤੌਰ ਇਨਸਾਨ ਇੰਟਰੈਕਟ ਕੀਤਾ ਉਹਨਾਂ ਨਾਲ ਮੇਰੀ ਇੱਕ ਉਹਨਾਂ ਨਾਲ ਸਕਿਟ ਸੀ ਜਿੱਦੇ ਚੋ ਮੇਰੇ ਹਸਬੰਡ ਬਨੇ ਹੋਏ ਸੀ ਹਨਾ ਤੇ ਉਹਦੇ ਚ ਜਤਿੰਦਰ ਜੱਪਲ ਸਰ ਔਰ ਮੈਮ ਸੀਗਨ ਜਤਿੰਦਰ ਕੋਲ ਮੈਮ ਔਰ ਜੱਪਲ ਸਰ ਤੇ ਮੈਂ ਜਦੋਂ ਉਸ ਟਾਈਮ ਦੇ ਵਿੱਚ ਹੀ ਵਾਸ ਆਲਸੋ ਸਟੱਡਿੰਗ ਇ ਹੀ ਵਾਸ ਡੂਇੰਗ ਗ੍ਰੈਜੂਏਸ਼ਨ ਆਈ ਵਾਸ ਡੂਇੰਗ ਪਲੱਸ 2 ਹਨਾ ਅਸੀਂ ਉਹਨਾਂ ਟਾਈਮਾਂ ਦੇ ਮਿਲੇ ਹੋਏ ਹਾਂ ਪਰ ਇੱਕ ਇੰਨਾ ਬਿਹਤਰੀਨ ਇੰਨਾ ਸੁਲਝਿਆ ਹੋਇਆ ਇਨਸਾਨ ਸੀ ਉਹ ਔਰ ਮੈਨੂੰ ਲੱਗਦਾ ਹੈ ਕਿ ਉਹ ਡਿਸਰਵ ਕਰਦੇ ਸੀ ਅੱਜ ਉਹ ਜਿੱਥੇ ਹੈਗੇ ਮਤਲਬ ਉਹ ਵੈਲ ਡਿਸਰਵਡ ਨੇ ਜਿੱਥੇ ਅੱਜ ਉਹ ਪਹੁੰਚੇ ਨੇ ਆਪਣੀ ਲਾਈਫ ਦੇ ਵਿੱਚ ਕਿਉਂਕਿ ਜਿੰਨੀ ਸੰਜੀਦਗੀ ਨਾਲ ਜਿੰਨੀ ਸੁਲਝੇ ਹੋਏ ਤਰੀਕੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਜੀ ਰਹੇ ਸੀ ਉਹ ਇੱਥੇ ਤੱਕ ਪਹੁੰਚਣਾ ਉਹਨਾਂ ਦਾ ਲਾਜ਼ਮ ਸੀ ਪਰ ਤੁਸੀਂ ਨਹੀਂ ਮੰਨਦੇ ਇਹ ਚੀਜ਼ ਵਾਕਈ ਸੀ ਕਿ ਜਿਵੇਂ ਅਸੀਂ ਭਗਵੰਤ ਸਾਹਿਬ ਦੀ ਗੱਲ ਕਰੀ ਹੈ ਹਨਾ ਮਾਨ ਸਾਹਿਬ ਵੀ ਸਟਾਇਰ ਕਰਦੇ ਹੁੰਦੇ ਸੀ ਆਪਣੀ ਸਕਿੱਟਸ ਦੇ ਵਿੱਚ ਹਨਾ ਉਹਨਾਂ ਦੇ ਆਪਣੀ ਸ਼ੋਜ਼ ਦੇ ਵਿੱਚ ਤੁਸੀਂ ਵੀ ਹਨਾ ਤੁਸੀਂ ਸਾਰੇ ਅੱਜ ਉਹ ਤਾਂ ਚਲੋ ਪੰਜਾਬ ਦੇ ਸੀਐਮ ਨੇ ਤੁਸੀਂ ਵੀ ਗਵਰਨਮੈਂਟ ਜੌਬ ਦੇ ਵਿੱਚ ਤੁਸੀਂ ਸਾਰਿਆਂ ਨੇ ਸੋਚਿਆ ਕਿ ਅਸੀਂ ਗਰਾਊਂਡ ਲੈਵਲ ਤੇ ਆ ਕੇ ਪ੍ਰੋਬਲਮਸ ਨੂੰ ਜਿਹੜਾ ਖਤਮ ਕਰ ਕਿਉਂਕਿ ਵਰਡਨਲ ਆਡੀਅנס ਤਾਂ ਦੇ ਜੁੜ ਸਕਦੀ ਹੈ ਜੇ ਤੁਸੀਂ ਉਹਦੇ ਦਿਲ ਦੀ ਗੱਲ ਫੜੋਗੇ ਤੁਸੀਂ ਉਹਦੀ ਪ੍ਰੋਬਲਮ ਤੱਕ ਆਪਣਾ ਹੱਥ ਪਾਓਗੇ ਠੀਕ ਹੈ ਨਾ ਔਰ ਪੱਲਾ ਜੀ ਦੇ ਵਿੱਚ ਭਗਵਾਨ ਜੀ ਦੇ ਵਿੱਚ ਔਰ ਬੀਨੂ ਐਂਡ ਆਲ ਭਗਵਾਨ ਜੀ ਦੀ ਟੀਮ ਚ ਹੁੰਦੇ ਸੀ ਇਹਨਾਂ ਸਾਰਿਆਂ ਦੇ ਵਿੱਚ ਗੁਰਪ੍ਰੀਤ ਖੁੱਗੀ ਭਾਜੀ ਦੇ ਵਿੱਚ ਹਾਂ ਇਹਨਾਂ ਦੇ ਵਿੱਚ ਇਹ ਇੱਕ ਬੜੀ ਖਾਸियत ਸੀ ਕਿ ਇਹ ਲੋਕਾਂ ਦੇ ਦੁੱਖ ਦੀ ਰਗ ਨੂੰ ਫੜਦੇ ਸੀ ਔਰ ਫਿਰ ਉਹਦਾ ਮਜ਼ਾਕ ਬਣਾ ਕੇ ਦੇਖੋ ਇੱਕ ਇਨਸਾਨ ਹੈ ਇੱਕ ਪ੍ਰੋਬਲਮ ਹੈ ਸਾਡੀ ਲਾਈਫ ਦੇ ਵਿੱਚ ਨਾ ਤੇ ਉਸ ਪ੍ਰੋਬਲਮ ਤੇ ਸਟਾਇਰ ਕਸ ਕੇ ਉਹਨੂੰ ਲੋਕਾਂ ਦੇ ਰੂਬਰੂ ਕਰਨਾ ਔਰ ਉਸੇ ਮੁਸੀਬਤ ਤੇ ਉਸੇ ਪ੍ਰੋਬਲਮ ਤੇ ਲੋਕਾਂ ਨੂੰ ਹਸਾ ਦੇਣਾ ਤੁਸੀਂ ਦੇਖੋ ਕਿੰਨਾ ਵੱਡਾ ਆਰਟ ਹੈ ਹੈ ਨਾ ਇਹ ਮੈਂ ਕਹਿੰਦੀ ਹੁੰਦੀ ਆ ਕਿ ਇਹ ਗੁਰੂ ਮਹਾਰਾਜ ਦੀ ਤੋਫੀਕ ਹੈ ਹੈ ਨਾ ਇਹ ਉਹਨਾਂ ਨੇ ਭੇਜੇ ਹੋਏ ਨੇ ਆਪਣੇ ਬੰਦੇ ਕਿ ਜਾਓ ਔਰ ਲੋਕਾਂ 'ਚ ਹਾਸੇ ਵੰਡੋ ਠੀਕ ਹੈ ਨਾ ਤੇ ਮਤਲਬ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਜਿਹੜੇ ਆਰਟਿਸਟ ਨੇ ਆ ਬlesed ਆਰਟਿਸਟਸ ਨੇ ਜੀ ਸੋ ਗੱਲਾਂ ਬਾਤਾਂ ਤਾਂ ਬਹੁਤ ਕਰ ਰਹੇ ਆ ਚੂੜੇ ਵਾਲੇ ਤੁਹਾਡੇ ਗਾਣਾ ਹੈ ਨਾ ਇੱਕ ਹੈਗਾ ਤੇ ਮੈਂ ਚਾਹੂੰਗੀ ਉਹਦੀਆਂ ਦੋ ਲਾਈਨਾਂ ਹੋ ਜਾਣ ਠੀਕ ਵਿੱਚ 뮤직 ਦੀ ਗਿਮਟੀ ਨੱਚ ਨੱਚ ਪਾਤੀਓ ਨੇ ਸਾਰੀਆਂ ਨੂੰ ਮਾਤ ਨੱਚ ਨੱਚ ਪਾਤੀਓ ਨੇ ਸਾਰੀਆਂ ਨੂੰ ਮਾਤ ਨੱਚੀ 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 ਆਪਣੇ ਵਿਆਹ ਚ ਨੱਚੀ ਚੂੜੇ ਵਾਲੀ ਆਪ ਆਪਣੇ ਵਿਆਹ ਚ ਨੱਚੀ ਚੂੜੇ ਵਾਲੀ ਆਪ ਆਪਣੇ ਵਿਆਹ ਚ ਨੱਚੀ ਚੂੜੇ ਵਾਲੀ ਆਪ ਅੱਛਾ ਜੋ ਮਿਊਜ਼ਿਕ ਦੀ ਕਲਾ ਹੈ ਤਾਂ ਨਾ ਤੁਹਾਡੀ ਮਦਦ ਤੁਹਾਨੂੰ ਲੱਗਦਾ ਤੁਹਾ ਆਈਏ ਤੁਹਾਡੇ ਵਿੱਚ ਯੈਸ ਆਫਕੋਰਸ ਮੈਨੂੰ ਐ ਲੱਗਦਾ ਕਿਉਂਕਿ ਅਸੀਂ ਜਦੋਂ ਪਹਿਲਾਂ ਘਰਾਂ ਦਾ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਸੀਗਾ ਕਿ ਇਹ ਹੁਣ ਤੇ ਬੱਚੇ ਆਪਣਾ YouTube ਲੈ ਕੇ ਬੈਠੇ ਰਹਿੰਦੇ ਤੇ ਤਕਰ 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 ਨਾ ਤੇ ਸਾਡੇ ਘਰ ਦਾ ਮਾਹੌਲ ਇਸ ਤਰ੍ਹਾਂ ਨਹੀਂ ਸੀ ਹੁੰਦਾ ਅਸੀਂ ਕਾਲਜ ਤੋਂ ਵਾਪਸ ਆਉਂਦੀਆਂ ਸੀ ਤਾਂ ਸਾਡੇ ਮਦਰ ਸਾਨੂੰ ਖਾਣਾ ਕਿ ਲਾ ਕੇ ਨਾ ਇੱਕ ਰੂਮ ਦੇ ਵਿੱਚ ਉਹਨਾਂ ਨੇ ਹਲਕੀਆਂ ਜੀਆਂ ਗਜ਼ਲਸ ਲਗਾ ਦੇਣੀਆਂ ਔਰ ਅਸੀਂ ਤਿੰਨਾਂ ਨੇ ਮਾਵਾਂ ਧੀਾਂ ਨੇ ਗੱਲਾਂ ਕਰਨੀਆਂ ਮੇਰੇ ਤੋਂ ਮੇਰੇ ਬਡੇ ਸਿਸਟਰ ਨੇ ਤੇ ਗੱਲਾਂ ਕਰਦੇ ਕਰਦੇ ਅਸੀਂ ਸੋ ਜਾਣਾ ਗੱਲਾਂ ਚੱਲੀ ਜਾਣੀਆਂ ਹਣੋ ਕੈਸਟ ਵੱਜਦੀ ਹੁੰਦੀ ਸੀ ਜ ਸਾਈਡ ਤੇ ਬੰਦ ਹੋ ਜਾਂਦੀ ਸੀ ਤੇ ਜਾਂ ਫਿਰ ਸਾਡੇ ਮਦਰ ਨੇ ਜਿਵੇਂ ਕਿਚਨ ਚ ਕੰਮ ਕਰ ਰਹੇ ਨੇ ਤਾਂ ਉਹਨਾਂ ਨੇ ਉਹ ਨੂਰ ਜਹਾਨ ਨੂੰ ਬਹੁਤ ਗਾਉਂਦੇ ਸੀ ਤੇ ਉਹਨਾਂ ਨੇ ਗਾਈ ਜਾਣਾ ਗਾਈ ਜਾਣਾ ਅਸੀਂ ਸੁਣੀ ਜਾਣਾ ਸੁਣੀ ਜਾਣਾ ਸੁਣੀ ਜਾਣਾ ਹਣਾ ਤੇ ਉਹ ਗੀਤ ਉਹਨਾਂ ਤੋਂ ਸੁਣ ਸੁਣ ਕੇ ਉਹ ਕਹਿੰਦੇ ਇੱਕ ਹੁੰਦਾ ਤਾਨਸੇਨ ਤੇ ਇੱਕ ਹੁੰਦਾ ਕਾਨਸੇਨ ਤੇ ਅਸੀਂ ਕਾਨਸੇਨ ਅਸੀਂ ਕਾਨ ਸੇ ਨਾ ਕਿਉਂਕਿ ਸਾਡੇ ਮਦਰ ਇੰਨਾ ਸੋਹਣਾ ਗਾਉਂਦੇ ਹੁੰਦੇ ਸੀਗੇ ਤੇ ਮੈਂ ਹੁਣ ਵੀ ਕਿਦੀ ਨੂਰ ਜਹਾਂ ਜੀ ਦਾ ਗਾਣਾ ਹੁਣ ਤੇ ਅੱਜ ਕੱਲ ਪਹਿਲਾਂ ਤੇ ਕੈਸਟਾ ਵਜਦੀਆਂ ਸੀ ਗੱਲੀ ਗੱਲੀ ਤੇ ਕਿਤੇ ਲੰਘਦੇ ਸੁਣਦੇ ਕੈਸਟ ਸੁਣ ਲਈਦੀ ਸੀ ਹੁਣ ਨਹੀਂ ਵਜਦੀਆਂ ਹੁਣ ਕਦੀ ਆਪ ਹੀ ਖੋਲਣਾ ਪੈਂਦਾ YouTube ਤੇ ਤੇ ਜਦੋਂ ਮੈਂ ਨੂਰ ਜਹਾਂ ਜੀ ਨੂੰ ਸੁਣਦੀ ਆ ਤੇ ਮੈਨੂੰ ਆਪਣੇ ਮਦਰ ਜ਼ਰੂਰ ਲਾਜ਼ਮ ਯਾਦ ਆਉਂਦੇ ਨੇ ਕਿ ਇਹ ਗਾਣਾ ਉਹ ਵੀ ਗਾਉਂਦੇ ਹੁੰਦੇ ਸੀ ਮੈਂ ਚਾਹੁੰਗੀ ਗਾ ਕੇ ਸੁਣਾਓ ਇਦਾਂ ਨਹੀਂ ਕਿਹੜਾ ਗੀਤ ਸਭ ਤੋਂ ਜ਼ਿਆਦਾ ਗਾਉਂਦੇ ਸੀ ਉਹ ਬੜੇ ਬੜੇ ਸਾਰੇ ਗਾਣੇ ਸੀਗੇ ਤੇ ਉਹਨਾਂ ਵਿੱਚੋਂ ਆ ਓਕੇ ਜੋਨ ਕਢ ਲਈ ਹੈ ਭਈ ਮਨਾ ਵੇ ਜਾਣ ਵਾਲੀ ਗੱਲ ਕਰਕੇ ਜੋਨ ਕਢ ਲਈ ਹੈ ਭਈ ਮਨਾ ਵੇ ਜਾਣ ਵਾਲੀ ਗੱਲ ਕਰਕੇ ਵੇ ਖਬਰੇ ਕਿਉਂ ਡਰ ਲੱਗਦਾ ਹੈ ਮੈਂ ਬਹਿ ਜਾਵਾਂ ਦਿਲ ਫੜ ਕੇ ਜਾਉਣ ਕਟ ਲਈਏ ਭਈ ਮਨ ਵੇਜਣ ਵਾਲੀ ਗੱਲ ਕਰਕੇ ਵਾਹ ਬੋਸ ਉਹਨੇ ਨੂਰ ਜਹਾਂ ਜੀ ਦਾ ਤਾਂ ਬਹੁਤ ਹੀ ਬਿਹਤਰੀਨ ਗਾਣੇ ਲਏ ਮੇਰਾ ਦਿਲ ਕਰ ਰਿਹਾ ਮੈਂ ਸੁਣਦੀ ਜਾਵਾਂ ਤੁਹਾਨੂੰ ਤੁਸੀਂ ਗਾਣਦੇ ਰੋ ਬਟਨ ਨਹੀਂ ਇੰਨੀ ਲੰਬੀ ਇੰਟਰਵਿਊ ਜਿਹੜੇ ਅਸੀਂ ਨਹੀਂ ਲੈ ਕੇ ਜਾ ਸਕਦੇ ਕਿ ਇਹ ਇੰਨਾ ਅੱਛਾ ਸੀ ਕਿ ਨਹੀਂ ਸੀ ਬਟ ਤੂੰ ਕਹੇ ਤਾਂ ਮੈਨੂੰ ਬਹੁਤ ਅੱਛਾ ਲੱਗਿਆ ਬਾਕੀ ਹੀ ਅੱਛਾ ਸੀ ਪੁੱਛ ਲੋ ਸਾਰਿਆਂ ਨੂੰ ਅੱਛਾ ਸੀ ਨਾ ਕਹਿ ਕੇ ਤੇ ਦੇਖਣ ਮਾੜਾ ਸੀ ਕਮਕਿਆ ਮੈਂ ਪਹਿਲੇ ਦੇ ਦਿੰਦੇ ਨੇ ਨਹੀਂ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਹੈ ਨਾ ਜਿਹੜੀ ਕਲਾ ਤੁਹਾਡੇ ਵਿੱਚ ਹੈ ਤੁਸੀਂ ਇੱਕ ਕਲਾ ਨਹੀਂ ਹੈ ਤੁਹਾਡੇ ਵਿੱਚ ਬਹੁਤ ساری ਗੱਲਾਂ ਹਨ ਹੈਨਾ ਮਲਟੀ ਟੈਲੈਂਟਡ ਹੋ ਤੁਸੀਂ ਤੁਸੀਂ ਇੱਕ achhi position ਤੇ ਇੱਕ achhi post ਤੇ ਹੋ ਆਪਣੀ job ਦੇ ਵਿੱਚ ਹਨ ਇੰਨਾ ਵਧੀਆ ਗਾਉਂਦੇ ਵੀ ਹਨ ਨੀ achhi बेहतरीन acting ਵੀ ਕਰਦੇ ਹੋ ਹੈਨਾ ਸੋ ਹਰ ਚੀਜ਼ ਹੈ ਇੱਕ ਮਤਲਬ ਲੱਗਦਾ ਕਿ ਵੰਡਰਫੁਲ ਤੁਸੀਂ a woman ਹੋ ਤੁਸੀਂ ਹਰ ਚੀਜ਼ ਨੂੰ ਬੈਲੈਂਸ ਕਰਕੇ ਇੰਨੇ ਵਧੀਆ ਤਰੀਕੇ ਨਾਲ ਔਰ ਆਪਣੇ ਚਿਹਰੇ ਤੇ ਹਮੇਸ਼ਾ ਮੁਸਕਾਨ ਲੈ ਕੇ ਚੱਲ ਰਹੇ ਲੱਗਦਾ ਨੀਹਾ ਕਿ ਇੱਕ ਇਨਸਾਨ ਬਿਹਤਰੀਨ ਇਨਸਾਨ ਬਣ ਜਾਏ ਨਾ ਤਾਂ ਫਿਰ ਉਸ ਉਹਦੀ ਜ਼ਿੰਦਗੀ ਚ ਸਭ ਕੁਝ ਬਿਹਤਰੀਨ ਬਿਹਤਰੀਨ ਨਹੀਂ ਹੁੰਦਾ ਹੈ ਨਾ ਤਾਂ ਸੋ ਸਾਡੇ ਮਦਰ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਸ੍ਰਿਸ਼ਟੀ ਹੈ ਜੋ ਇਸ ਸਾਗਰ ਮੇਂ ਡਾਲੋਗੇ ਉਹ ਵਾਪਸ ਲਹਿਰ ਸਾਥ ਆ ਜਾਏਗਾ ਹੈਨਾ ਤਾਂ ਮੈਂ ਅਸੀਂ ਸੋਚਦੇ ਮੇਰੇ ਮਦਰ ਕਹਿੰਦੇ ਸੀ ਜੇ ਤੁਹਾਡੇ ਨਾਲ ਕਿਸੇ ਨੇ ਬੁਰਾ ਕੀਤਾ ਜਾਂ ਤੁਹਾਡੇ ਨਾਲ ਬੁਰਾ ਕਰ ਗਿਆ ਤਾਂ ਤੁਸੀਂ ਉਹਦੇ ਲਈ ਬੁਰਾ ਨਹੀਂ ਸੋਚਣਾ ਉਹਦੇ ਲਈ ਬੁਰਾ ਨਹੀਂ ਮੰਗਣਾ ਕਿਉਂਕਿ ਉਹਨੇ ਜੋ ਕੀਤਾ ਉਹ ਉਹਦਾ ਕਰਮ ਹੈ ਪਰ ਜੋ ਤੁਸੀਂ ਕਰ ਰਹੇ ਹੋ ਤੁਹਾਡਾ ਕਰਮ ਹੈ ਹੈਨਾ ਤੁਸੀਂ ਪਾਓਗੇ ਤਾਂ ਤੁਹਾਡੇ ਕੋਲ ਫਰਮ ਉਸਦਾ ਆਏਗਾ ਆਏਗਾ ਠੀਕ ਹੈ ਨਾ ਸੋ ਮੈਨੂੰ ਐ ਲੱਗਦਾ ਹੁੰਦਾ ਕਿ ਲਾਈਫ ਦੇ ਵਿੱਚ ਹਰੇਕ ਲਈ ਅੱਛਾ ਨੇਕ ਮੰਗਦੇ ਹੋਏ ਤੁਸੀਂ ਜਦੋਂ ਆਪਣੀ ਲਾਈਫ ਨੂੰ ਜਿੰਦੇ ਹੋ ਨਾ ਤਾਂ ਤੁਹਾਡੀ ਲਾਈਫ ਦੇ ਵਿੱਚ ਜਿਹੜੀ ਨੇਚਰ ਹੈ ਨਾ ਉਹ ਆਪਣੇ ਆਪ ਹੀ ਖੁਸ਼ੀਆਂ ਦੇ ਦਿੰਦੀ ਹੈ ਹਨੋ ਖੁਸ਼ੀਆਂ ਹੀ ਖੁਸ਼ੀਆਂ ਤੁਸੀਂ ਮੈਨੀਫੈਸਟ ਕਰਦੇ ਹੋ ਤੇ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਹਨ ਵਾਪਸ ਆਂਦੇ ਆ। ਅੱਛਾ ਇੱਕ ਚੀਜ਼ ਦੱਸੋ ਤੁਸੀਂ ਇੰਨਾ ਖੁਦ ਨੂੰ ਮੇਨਟੇਨ ਕਿਵੇਂ ਕੀਤਾ ਕਿਉਂਕਿ ਛਣਕਾਟੇ ਵੇਲੇ ਤਾਂ ਬਿਲਕੁਲ ਅਲੱਗ ਲੱਗਦੇ ਹੁੰਦੇ ਸੀ ਤੁਸੀਂ ਹੈਨਾ ਉਦੋਂ ਨਾ ਚੇਂਜ ਆਇਆ ਛੋਟਾ ਬੇਟਾ ਮੇਰਾ ਹੋਇਆ ਹੀ ਸੀ। ਓਕੇ ਤੇ ਜਦੋਂ ਅਸੀਂ ਛਣਕਾਟਾ ਕੀਤਾ ਤਾਂ ਛਣਕਾਟਾ ਜਦੋਂ ਸੈਕੰਡ ਬੇਬੀ ਦੋਨੋਂ ਦੋਨਾਂ 'ਚ ਬਹੁਤ ਕੱਟ ਫਰਕ ਹੈ 3 ਸਾਲ ਦਾ ਫਰਕ ਹੈ ਦੋਨਾਂ ਦੇ ਵਿੱਚ ਕਿਉਂਕਿ ਮੈਂ ਪ੍ਰੋਫੈਸ਼ਨਲੀ ਆਪਣੀ ਲਾ ਦੀ ਮੇਰੇ ਫਾਦਰ ਦਾ ਡ੍ਰੀਮ ਸੀਗਾ ਕਿ ਲਾ ਸਟਰੀਮ ਦੇ ਵਿੱਚ ਆਪਣੇ ਆਪ ਨੂੰ ਸੈਟਲ ਕਰੇ ਤੇ ਉਹ ਬੜੇ ਸਟ੍ਰੇਟ ਫਾਰਵਰਡਸ ਸੀ ਤੇ ਉਹ ਕਹਿੰਦਾ ਸੀ ਜੇ ਫੈਮਿਲੀ ਵੇ ਤੇ ਚੱਲੀ ਜਾਏਗੀ ਤੇ ਫਿਰ ਕੰਮ ਕਦੋਂ ਸਿੱਖੇਗੀ ਅਦਾਲਤਾਂ 'ਚ ਕਦੋਂ ਪੱਜੇਗੀ ਵੈਸਾ ਕਦੋਂ ਕਰੇਗੀ ਹਨਾ ਤੇ ਫਟਾਫਟ ਅਸੀਂ ਆਪਣੇ ਬੇਬੀਸ ਪਲਾਨ ਕੀਤੇ ਤੇ ਦੋਨਾਂ 'ਚ 3 ਸਾਲ ਦਾ ਫਰਕ ਹੈ ਉਹ ਇੱਕ ਬੋੜਾ ਦੇ ਵਿੱਚ ਵੀਕਨੈਸ ਆ ਜਾਂਦੀ ਹੈ ਲੇਡੀ ਦੇ ਉਹਦੇ ਨਾਲ ਨਾ ਮੈਨੂੰ ਆ ਕਈ ਪ੍ਰੋਬਲਮਸ ਉਸ ਟਾਈਮ ਤੇ ਹੋ ਗਈਆਂ ਤਾਂ ਮੇਰਾ ਜਿਹੜਾ ਬਾਡੀ ਸਟਰਕਚਰ ਹੀ ਬਿਲਕੁਲ ਚੇਂਜ ਹੋ ਗਿਆ ਸੀਗਾ ਬਟ ਚਲੋ ਫਿਰ ਵੀ ਮੇਰੀ ਆਡੀਅנס ਨੇ ਮੈਨੂੰ ਐਕਸੈਪਟ ਕਿੱਤਾ ਸੀ ਯੈਸ ਆ ਲਵ ਮਾਈ ਆਡੀਅנס ਆਈ ਲਵ ਯੂ ਆਈ ਲਵ ਯੂ ਆਈ ਲਵ ਯੂ ਆਲ ਹੌਨ ਮੈਮ ਨੇ ਖੁਦ ਨੂੰ ਇਨਾ ਮੇਨਟੇਨ ਕੀਤਾ ਔਰ ਜਿਦਾ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਬੈਲੈਂਸ ਕਰਕੇ ਹਰ ਚੀਜ਼ ਚੱਲਦੇ ਨੇ ਵਧੀਆ ਚੀਜ਼ ਹੈ ਇਹ ਵੀ ਕੋਈ ਕੋਈ ਕਰਦਾ ਹੈ। ਹਾਂ थैंक यू वेरी मच। थैंक यू सो मच एंड उम्मीद ਕਰਦੇ ਹਾਂ ਕਿ ਆਉਣ ਵਾਲੇ ਜਿਹੜੇ ਤੁਹਾਡੇ ਹੋਰ ਪ੍ਰੋਜੈਕਟਸ ਹੈ ਉਹਦੇ ਵੀ ਮੁਲਾਕਾਤ ਹੋਏਗੀ। ਜੱਟੀ પેટ્રોલ ਵਰਗੀ ਤਾਂ ریلیਜ਼ ਹੋ ਚੁੱਕੀ ਹੈ। यस ਜੱਟੀ પેટ્રોલ ਵਰਗੀ ریلیਜ਼ ਹੋ ਗਿਆ। ਜੇ ਸ਼ਿਮਾਰੂ ਤੇ ریلیਜ਼ ਹੋਇਆ ਪਲੀਜ਼ 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 ਸਾਰੀ ਆਡੀਅנס ਜਿੰਨਾ ਮੈਨੂੰ ਅੱਜ ਤੱਕ ਪਿਆਰ ਦਿੰਦੇ ਆਇਓ ਉਨਾ ਹੀ ਪਿਆਰ ਮੇਰੇ Song ਨੂੰ ਦਿਓ ਤਾਂ ਕਿ ਮੈਨੂੰ ਅ ਹੋਰ ਉਤਸ਼ਾਹ ਮਿਲੇ। ਤੇ ਮੇਰੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਤੇ ਮੈਨੂੰ ਆਪਣਾ ਪਿਆਰ ਦਿਓ ਤੇ ਤਾਂ ਕਿ ਮੈਂ ਤੁਹਾਡੇ ਲਈ ਹੋਰ 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 ਪ੍ਰੋਜੈਕਟਸ ਲੈ ਕੇ ਆ ਸਕਾਂ ਸੋ ਹੈ ਪਲਾਨ ਕੁਝ ਨੈਕਸਟ ਪ੍ਰੋਜੈਕਟਸ ਐਸ ਲਾਈਕ ਯੈਸ 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 ਆ ਮੇਰੇ ਕੁਲ ਬਲਬੀਰ ਵੋਪਾ ਦਾ ਇੱਕ गाना ਤੇ ਉਹ ਕਰ ਰਹੇ ਆ ਇੱਕ ਵੀਤ ਫਲਜੀਤ ਨਾਲ ਹੀ ਹੋਰ गाना ਕਰ ਰਹੇ ਆ ਔਰ ਥੋੜੇ ਜਿਹੇ ਪ੍ਰੋਜੈਕਟਸ ਹੋਰ ਨੇ ਮਾਈਂਡ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਇਸ ਯਰ ਦੇ ਐਂਡ ਤੱਕ ਅਸੀਂ ਉਹ ਆਡियंस ਦੇ ਰੂਪ ਰੂ ਕਰ ਦਿਆਂਗੇ ਬਹੁਤ ਵਧੀਆ ਗੱਲ ਹੈ ਐਂਡ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸ ਗੀਤ ਦੇ ਲਈ ਔਰ ਆਉਣ ਵਾਲੇ ਸਾਰੇ ਪ੍ਰੋਜੈਕਟਸ ਲਈ ਗੁੱਡ ਲੱਕ ਹੈ ਗੁੱਡ ਵਿਸ਼ੇਸ ਹੈ ਤੁਹਾਡੇ ਲਈ ਉਮੀਦ ਕਰਦੇ ਹਾਂ ਲੋਕੀ ਹਮੇਸ਼ਾ ਆਪਣਾ ਪਿਆਰ ਤੁਹਾਡੇ ਨਾਲਵੇਂ ਬਣਾਏ ਰੱਖਿਆ ਯੈਸ ਬਸ ਮੈਨੂੰ ਮੈਨੂੰ ਮੇਰੀ ਆਡियंस ਦਾ ਪਿਆਰ ਮਿਲਦਾ ਰਹੇ ਮੈਨੂੰ ਲੱਗਦਾ ਹੈ ਕਿ ਮੈਨੂੰ ਹੋਰ ਕੋਈ ਮੁੱਲ ਨਹੀਂ ਚਾਹੀਦਾ ਯੂ ਸੋ ਮਚ ਸ਼ੀਲਾ ਥੈਂਕ ਯੂ ਜੀ ਥੈਂਕ ਯੂ ਨੇਹਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੁਹਾਡੀ ਇੰਟਾਇਰ ਟ੍ਰੀਮ ਦਾ ਕਿ ਤੁਸੀਂ ਮੇਰੇ ਤੱਕ ਆਏ ਔਰ ਇੰਨੀਆਂ ਅੱਛੀਆਂ ਪਿਆਰੀ ਪਿਆਰੀਆਂ ਗੱਲਾਂ ਮੇਰੇ ਨਾਲ ਕਰਕੇ ਚਲੋ ਮੈਨੂੰ ਮੇਰੇ ਪਾਸਟ ਚੋਂ ਦੁਬਾਰਾ ਇੱਕ ਵਾਰੀ ਕੁਮਾ ਕੇ ਲੈ ਕੇ ਆਏ ਹੋ ਇੰਨੇ ਪਿਆਰੇ ਅਨੂ ਕਿਵੇਂ ਨੇ ਮਿਲਣ ਆਣਾ ਸੀਗਾ ਅਸੀਂ ਕਿਉਂਕਿ ਬਹੁਤ ਲੰਬੇ ਸਮੇਂ ਮੈਨੂੰ ਲੱਗਦਾ ਡਿਸੈਂਬਰ ਤੋਂ ਗੱਲ ਚੱਲ ਰਹੀ ਹੈ ਹੈ ਨਾ ਕਿ ਇੰਟਰਵਿਊ ਕਰਨਾ ਹੈ ਫਾਈਨਲੀ ਗਾਣਾ ਆਇਆ ਔਰ ਫਾਈਨਲੀ ਅਸੀਂ ਇਹਨਾਂ ਕੋਲ ਪਹੁੰਚ ਗਏ ਥੈਂਕ ਯੂ ਸੋ ਮਚ ਸਮ ਟਾਈਮ ਦੇਣ ਦੇ ਥੈਂਕ ਯੂ ਨੇਹਾ ਥੈਂਕ ਯੂ ਵੈਰੀ ਮਚ ਥੈਂਕ ਯੂ ਮੇਰੀ ਆਡੀਅנס ਦਾ ਵੀ ਬਹੁਤ 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 ਧੰਨਵਾਦ ਸੋ ਇਸ ਸੰਸਾਰਨਾ ਨੀਰੂ ਸ਼ਰਬਾ ਜੀ ਅਗਲੀ ਵਾਰ ਕਿਸੇ ਹੋਰ ਆਰਟਿਸਟ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਬਟ ਅੱਜ ਨੀਲੂ ਜੀ ਨਾਲ ਸਾਡੀ ਜੋ ਮੁਲਾਕਾਤ ਹੋਈ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਸੋ ਨੀਲੂ ਜੀ ਦਾ ਗਾਣਾ ਵੀ ਤੁਸੀਂ ਜ਼ਰੂਰ ਸੁਣੋ ਅਗਲੀ ਵਾਰ ਫਿਰ ਮਿਲਦੇ ਹਾਂ ਉਦ ਤੱਕ ਮੈਨੂੰ ਯਾਨੀ ਕਿ ਨੀਹਾ ਮਨਹਾਸ ਨੂੰ ਦਵੋ ਇਜਾਜ਼ਤ ਸਤਿ ਸ਼੍ਰੀ ਅਕਾਲ